जेड़े कहिंदे आ साडे तो सस्ता कोट पैंट दुनिया च कितों नहीं मिलना, साडे तो सस्ता कोट पैंट कितों नहीं मिलना। बिट्टू दे डीपू ने पाते आ पटाके 2600 रुपए का 2 पीस ते 3200 रुपए का 3 पीस कोई लिया आगे दवे ते हाडे वर्गी स्टिचिंग करा के दवे फिर असि मन्नांगे दी हाडे स्टैंड ते को खलोण वाला बंदा गा। खान साहब कितने समय से आप ये कोट पैंट स्टिचिंग का काम कर रहे हो? साजी 26 साल तो हो गए मुझे, मेरी 35 साल की उम्र आ गई, मैं 10 साल का होऊंगा जाते साथ 11 का जब से मैं इस काम में पड़ा हूं। देखो साजी ये पैच पॉकेट है, अंदर पफ है ठीक है, प्लस अंदर ठाकुर द्वारा है, और पैंट हमारी पैंट में रेमंड का सारा मटेरियल रेमंड का होगा देख लो, ये नहीं कि लोकल चीज लगा रहे हैं, अगर लोकल चीज किसी ने बता दी पूरे पीस के पैसे हम देंगे। 2600 वाली स्टिचिंग है जी, 2 पीस, 2 कट 2 बटन, देखो जी 2 कट 2 बटन। हाँ जे कस्टमर ने ऊपर कोई डिजाइनिंग एक्स्ट्रा करानी होवे और एक्स्ट्रा चार्जेस होंगे आ। कुर्ता पजामा तो अं कही 250-300 तो भी शुरू कर देना वा, पर स्टिचिंग की गरंटी कौन लेगा? बिल्कुल, अब बाजार से आप जाने 500-600 तो घट स्टिचिंग नहीं है। हाँ असी आ कपड़ा वेच के ना और स्टिचिंग की वापसी की गरंटी देवे, विद स्टिचिंग वापसी देवे अगर कपड़े को बोर आ जाएगी तो। रेंज की आनी सिर्फ 550 रुपए की रेंज कुर्ता पजामा, बुरदी फुल गरंटी है, बोर आ जाएगी कपड़े की कोई कंप्लेन है कि विद स्टिचिंग वापसी की, चाहे कस्टमर ने 1500 रुपया स्टिचिंग का खर्चा भी तो वापस देवे। इधर वेख लो जरा कपड़े का फील वेख लो, इनू आते असली गर्म कपड़ा, एवें गल्ला नहीं करी जानियां वरायटियां विखाउणियां, क्योंकि बिट्टू दे डिपू दा इक्को काम आ गल्लां घट वरायटी ज़्यादा। जो दिखावांगे वह इत्थे आके मिलना ही मिलना वा। इधर वेखो जरा कि विआह वाले मुंडे दा कोट पैंट, इहनूं आंदे आ दिल्ली बंबे वाले डिजाइन, पर मिलने कित्थे आ? बिट्टू दे डिपू दे। ਭਾਜੀ ਜਿਹੜਾ ਵਿਆਹ ਵਾਲਾ ਮੁੰਡਾ ਵਾ ਉਹ ਆਉਂਦਾ ਮੈਂ ਤੇ ਪਾਉਣਾ ਕੋਟ ਪੈਂਟ ਇਹੋ ਜਿਹਾ ਜਿਹੜਾ ਹੋਵੇ ਸਾਰਿਆਂ ਨਾਲੋਂ ਵੱਖਰਾ, ਫਿਰ ਵੱਖਰਾ ਦਿਖਾਓ ਕੋਈ। ਭਾਜੀ ਵੱਖਰੇ ਫੈਬਰਿਕ ਇੰਨੇ ਕੁ ਹੈ ਕਿ ਮਤਲਬ ਵੀਡੀਓ ਜਿਹੜੇ ਵੇਖਣ ਵਾਲੇ ਦਰਸ਼ਕ ਨਾ ਵੇਖ ਵੇਖ ਕੇ ਥੱਕ ਜਾਣਗੇ, ਪਰ ਇਹ ਫੈਬਰਿਕ ਦਿਖਾ ਦਿਖਾ ਕੇ ਨਹੀਂ ਥੱਕਾਂਗੇ, ਉਹਨੇ ਕਈ ਨਿਊ ਫੈਬਰਿਕ ਲੈ ਕੇ ਆਏ ਹਾਂ। ਦੇਖੋ ਇੱਕ ਨਾ ਲੋਕਾਂ ਨੇ ਨਾ ਟੀ ਆਰ ਨੂੰ ਹਵਾ ਜਿਹਾ ਬਣਾ ਲਿਆ ਹੋਇਆ ਵਾ, ਟੀ ਆਰ ਕੱਪੜੇ ਦਾ ਨਾਮ ਹੁੰਦਾ ਵਾ, ਟੀ ਆਰ ਜਿਹੜਾ ਸਟਾਰਟਿੰਗ ਹੋਈ ਕੱਪੜੇ ਦੇ ਨਾਮ ਤੋਂ ਟੀ ਆਰ ਦੀ ਸਟਾਰਟਿੰਗ ਹੋਈ, ਹੁਣ ਤਾਂ 100 ਰੁਪਏ ਮੀਟਰ ਦੇ ਟੀ ਆਰ ਲਿਖ ਕੇ ਆਲਾ ਪਿਆ ਵਾ ਜੀ। ਤੁਸੀਂ ਟੀ ਆਰ ਦੇ ਮਗਰ ਨਹੀਂ ਲੱਗਣਾ, ਤੁਸੀਂ ਲੱਗਣਾ ਕੁਆਲਿਟੀ ਦੇ ਮਗਰ, ਸੀ ਆਰ ਆਮ ਦੀ। ਦੇਖੋ ਜੀ ਬ੍ਰਾਂਡ ਤੁਸੀਂ ਚੈੱਕ ਕਰਨਾ ਕਿ ਮੈਨੂੰ ਵਾਕਈ ਸੀ ਆਰ ਆਮ ਰੇਮੰਡ ਦਾ ਇਟੈਲੀਅਨ ਜਿਹੜੇ ਫੈਬਰਿਕ ਆ EMF ਦੇ ਵੈਜੀਲੀਟਰੋ ਦੇ ਬ੍ਰਾਂਡ ਮਿਲ ਰਹੇ ਜਾ ਕੇ ਦੁਕਾਨ 'ਤੇ, ਉੱਥੋਂ ਤੁਹਾਨੂੰ ਪਤਾ ਲੱਗਣਾ ਕਿ ਵਾਕਈ ਅਸੀਂ ਜਿਹੜੀ ਆ ਕੁਆਲਿਟੀ ਵੇਚਦੇ ਹਾਂ। ਹੁਣ ਆਹ ਜਿਹੜਾ ਦੇਖੋ ਜੀ ਫੈਬਰਿਕ ਲੈ ਕੇ ਆਏ ਹਾਂ, ਇਹਦੇ ਵਿੱਚ 18 ਕਲਰਸ ਮੇਰੇ ਕੋਲ ਆਏ ਆ, ਸਾਰੇ ਕਲਰ ਜਿਹੜੇ ਆ ਵਿਆਹ ਦੇ ਮੁੰਡੇ ਦੇ ਪਾਉਣ ਵਾਲੇ, ਸੋ ਬਿਲਕੁਲ ਸਾਰੇ ਫੈਂਸੀ ਕਲਰ। ਤਕਰੀਬਨ ਕੀ ਹੁੰਦਾ ਵਾ ਲੋਕੀ ਵੀਡੀਓ ਦੇ ਵਿੱਚ ਕਹਿੰਦੇ ਆ ਵੀ ਦੁਕਾਨ 'ਤੇ ਆ ਕੇ ਕੱਪੜਾ ਵੇਖੋ ਵੀਡੀਓ 'ਚ ਪਤਾ ਨਹੀਂ ਲੱਗਣਾ, ਪਰ ਅਸੀਂ ਕਹਿੰਦੇ ਆ ਤੁਸੀਂ ਵੀਡੀਓ 'ਚ ਹੀ ਵੇਖੋ, ਤੁਹਾਨੂੰ ਵੀਡੀਓ 'ਚ ਨਜ਼ਾਰਾ ਆਉਣਾ ਵਾ, ਵੀਡੀਓ ਦੇ ਵਿੱਚ ਹੀ ਫੀਲ ਪਤਾ ਲੱਗਣਾ ਵਾ ਵੀ ਕੱਪੜੇ ਦਾ ਨਜ਼ਾਰਾ ਕੀ ਆ। MRP 1000 ਇਹ ਤੁਹਾਨੂੰ ਇਹਦੇ ਨਾਲ ਹੀ ਦਵਾਂਗੇ ਸਟਿਚਿੰਗ ਬਿਲਕੁਲ ਫ੍ਰੀ। ਲਓ ਜੀ 1000 ਰੁਪਏ ਦੀ ਸ਼ਰਟ ਸਟਿਚਿੰਗ ਫ੍ਰੀ, 1000 ਰੁਪਏ ਦੀ ਸ਼ਰਟ ਲੋ ਸਾਡੇ ਕੋਲੋਂ ਸੀਆਰ ਆਮ ਦੀ ਨਾਲ ਸਟਿਚਿੰਗ ਫ੍ਰੀ, ਇਹਨੂੰ ਆਂਦੇ ਆ ਅਸਲੀ ਧਮਾਕਾ। ਇਧਰ ਵੇਖੋ ਜਰਾ ਕਿ ਇੱਕ ਨਹੀਂ ਦੋ ਨਹੀਂ ਪੇਟੀਆਂ ਦੀਆਂ ਪੇਟੀਆਂ ਪਈਆਂ ਹੋਈਆਂ ਵਾ, ਵੈਰਾਈਟੀਆਂ ਤੁਹਾਨੂੰ ਪੂਰੀਆਂ ਨਜ਼ਾਰੇਦਾਰ ਮਿਲਣੀਆਂ, ਇੱਕ ਪੇਟੀ ਨਹੀਂ ਇਹਨੂੰ ਆਂਦੇ ਪੇਟੀਆਂ। ਹੁਣ ਮੈਂ ਤੁਹਾਨੂੰ ਦੱਸਦਾ ਕਿ ਮਾਰਕੀਟ ਦੇ ਵਿੱਚ ਤੁਹਾਨੂੰ ਮੂਰਖ ਕਿਸ ਤਰ੍ਹਾਂ ਬਣਾਉਂਦੇ ਆ ਦੁਕਾਨਦਾਰ। ਆ 500 ਰੁਪਿਆ MRP ਆ, ਭਾਜੀ ਕਹਿੰਦੇ 200 ਦਾ ਦੇਵਾਂਗੇ, ਵੀਡੀਓ ਦੇ ਵਿੱਚ ਕੀ ਚੱਕਰ ਹੁੰਦਾ ਕਹਿੰਦੇ 500 ਵਾਲਾ, ਅਸੀਂ ਤੁਹਾਨੂੰ ਤਕਰੀਬਨ 500 ਰੁਪਿਆ MRP ਆ ਇੱਕ ਨਾ ਇੱਕ ਫ੍ਰੀ ਦੇਤਾ, 250 ਚ ਲਾਤਾ ਤੇ ਮੂਰਖ ਵੀ ਬਣਾਤਾ। ਤਕਰੀਬਨ ਕੀ ਹੁੰਦਾ ਵਾ 2-4 ਰੰਗ ਦਿਖਾ ਕੇ ਕਹਿੰਦੇ ਆ ਭਾਈ ਸਾਡੇ ਹੱਥ ਹੋ ਗਿਆ ਇਦਾਂ ਕਰਕੇ ਖੜੇ, ਸਾਡੇ ਕੋਲ ਨਹੀਂ ਹੋਰ ਕੱਪੜਾ ਹੈਗਾ, ਪਰ ਉਹ ਇੱਥੇ ਉਹ ਕੰਮ ਨਹੀਂ ਹੋਣਾ, ਇੱਥੇ ਭਾਜੀ ਨੇ ਕਹਿਣਾ ਵੀ ਆਹ ਨਹੀਂ ਪਸੰਦ ਤੇ ਆਹ ਲੈ ਲਓ, ਜੇ ਆਹ ਨਹੀਂ ਪਸੰਦ ਤੇ ਆਹ ਲੈ ਲਓ, ਰੰਗ ਇੰਨੇ ਕੁ ਜ਼ਿਆਦਾ ਮਿਲਣੇ ਆ ਵੀ ਤੁਸੀਂ ਕਹਿਣਾ ਭਾਈ ਮੈਨੂੰ ਤੇ ਆਹ ਵੀ ਪਸੰਦ ਆ, ਮੈਨੂੰ ਤੇ ਆਹ ਵੀ ਪਸੰਦ ਆ ਤੇ ਮੈਨੂੰ ਤੇ ਆਹ ਵੀ ਪਸੰਦ ਆ, ਕਿਉਂਕਿ ਵਰਾਇਟੀਆਂ ਇੰਨੀਆਂ ਕਿ ਜ਼ਿਆਦਾ ਸੁਪੀਰੀਅਰ ਆ, ਨਜ਼ਾਰੇ ਆਉਣੇ ਆ ਤੁਹਾਨੂੰ ਇੱਥੇ ਆ ਕੇ। ਤੁਹਾਡੇ ਘਰੇ ਵਿਆਹ ਜਿਹੜਾ ਵਾ ਭਾਵੇਂ ਜਨਵਰੀ 'ਚ ਆ, ਫਰਵਰੀ 'ਚ ਭਾਵੇਂ ਆ ਮਾਰਚ 'ਚ,
छेती छेती आ जाओ, जेकर कैंट स्टिचिंग लैनी है फिर बिट्टू दे डिपू ते आना ही पैना वा जी। ਕਾਰੀਗਰ ਪੀਸ ਹਲੇ ਤਿਆਰ ਕਰ ਹੀ ਰਿਹਾ ਸੀ, ਮੈਂ ਉਸ ਤਰ੍ਹਾਂ ਹੀ ਫੜ ਲਿਆ, ਹਲੇ ਨਾ ਕੋਈ ਪ੍ਰੈਸ ਹੋਈ ਨਾ ਕੁਛ ਹੀ। ਦੇਖੋ ਡਿਜ਼ਾਈਨਿੰਗ, ਦੇਖੋ ਮਿਹਨਤ ਕੀਤੀ ਪੈਂਟ ਦੇ ਉੱਤੇ। 1500 ਰੁਪਏ ਦੀ ਰੇਂਜ ਦੇ ਵਿੱਚ ਪੈਂਟ ਆਏਗੀ, ਫੁੱਲ ਗਰੰਟੀ ਹੈ ਸਟਿਚਿੰਗ ਦੀ। ਦੇਖੋ ਜੀ ਬਾਜੀ ਆਪ ਸਟਿਚ ਕੀਤੀ ਹੈ ਜੀ? ਹਾਂਜੀ ਬਾਜੀ ਆਪ ਸਟਿਚ ਕੀਤੀ। ਦੇਖੋ ਜੀ ਡਿਜ਼ਾਈਨਿੰਗ, ਦੇਖੋ ਕਾਰੀਗਰ ਨੇ ਕੀਤੀ ਹੈ ਜੀ, ਕੋਈ ਐਵੇਂ ਕਿਵੇਂ ਨਹੀਂ ਬੰਦੇ ਨੇ ਕੀਤੀ। ਸੋ ਲਓ ਜੀ, ਜਿਹੜੇ ਕਹਿੰਦੇ ਆ ਸਾਡੇ ਤੋਂ ਸਸਤਾ ਕੋਟ ਪੈਂਟ ਦੁਨੀਆ 'ਚ ਕਿਤੋਂ ਨਹੀਂ ਮਿਲਣਾ, ਸਾਡੇ ਤੋਂ ਸਸਤਾ ਕੋਟ ਪੈਂਟ ਕਿਤੋਂ ਨਹੀਂ ਮਿਲਣਾ। ਬਿੱਟੂ ਦੇ ਡੀਪੂ ਨੇ ਪਾਤੇ ਆ ਪਟਾਕੇ, ਕਹਿੰਦੇ ਰੇਟ ਦੇਣੇ ਆ ਉਹ ਜਿਹੜੇ ਤੁਹਾਨੂੰ ਹੋਰ ਕਿਤੋਂ ਨਹੀਂ ਮਿਲਣੇ, ਨਾਲ ਦੀ ਨਾਲ ਵਰਾਇਟੀਆਂ ਦੇਣੀਆਂ ਵਾ ਉਹ ਜਿਹੜੀਆਂ ਤੁਹਾਨੂੰ ਕਿਤੋਂ ਹੋਰ ਨਹੀਂ ਮਿਲਣੀਆਂ, ਕੱਪੜਾ ਵੀ ਉਹ ਦੇਣਾ ਵਾ ਜਿਹੜਾ ਕਿਤੋਂ ਹੋਰ ਨਹੀਂ ਮਿਲਣਾ। ਸੋ ਗੱਲਾਂ ਦਾ ਕੜਾਹ ਨਹੀਂ ਬਣਾਉਣਾ ਭਾਈ, ਸਟਿਚਿੰਗ ਵੇਖੋ ਯਰਾਕ, ਵਰਾਇਟੀਆਂ ਵੇਖੋ। ਸੋ ਜ਼ਿਆਦੀਆਂ ਗੱਲਾਂ ਨਾ ਕਰਦੇ ਹੋਏ ਤੁਹਾਨੂੰ ਵਰਾਇਟੀਆਂ ਦਿਖਾਉਂਦੇ ਆ ਭਾਜੀ, ਬੜੇ ਚਰਚੇ ਆ, ਲੋਕੀ ਦੂਰੋਂ ਦੂਰੋਂ ਲੁਧਿਆਣੇ ਹੋ ਜਲੰਧਰੋਂ ਕਹਿੰਦੇ ਜਾਣਾ ਤੇ ਜਾਣਾ, ਬਿੱਟੂ ਦੇ ਡੀਪੂ ਤੇ ਜਾਣਾ ਵਾ, ਚੱਕਰ ਕੀ ਹੈ ਜੀ? ਭਾਜੀ ਬਿੱਟੂ ਦੇ ਡੀਪੂ ਦਾ ਤਾਂ ਨਾਮ ਮਸ਼ਹੂਰ ਹੈ ਕਿ ਇੱਕ ਦਾ ਬਿੱਟੂ ਦਾ ਡੀਪੂ ਰੇਟ ਲੈਂਦਾ ਘੱਟ ਤੇ ਕੰਮ ਕਰਕੇ ਦਿੰਦਾ ਚੰਗਾ। ਇਹ ਨਹੀਂ ਕਰਨਾ ਕਿ ਗਾਹਕ ਨੂੰ ਆਪਣੇ 2600 ਦੇ ਚੱਕਰ ਵਿੱਚ ਸੱਦ ਕੇ ਤੇ ਬਾਅਦ ਚੋਂ ਸਟਿਚਿੰਗ ਕਰਕੇ ਦੇ ਦੇਣੀ ਇਹੋ ਜੀ। ਆਹ ਦੇਖੋ ਜੀ ਭਾਜੀ ਸਟਿਚਿੰਗ, ਦੇਖੋ ਚੀਜ਼ਾਂ, ਵੇਖੋ ਪੀਸ ਤਿਆਰ ਕੀਤੇ ਹੋਏ। ਹੁਣ ਆਹ ਜਿਹੜੀ ਹੈ ਇਹ ਡਿਜ਼ਾਈਨਿੰਗ, ਅਸੀਂ ਜਿਹੜੇ ਆ ਇਹਦੇ ਅਸੀਂ ਐਕਸਟਰਾ ਚਾਰਜਿਸ ਲੈਂਦੇ ਹਾਂ, ਪਰ ਕੰਮ ਕਰਕੇ ਦਿੰਦੇ ਹਾਂ ਕਿ ਮਜ਼ਾ ਆ ਜਾਂਦਾ ਵਾ। ਦੇਖੋ ਜੀ ਸਾਡੀ ਸਟਿਚਿੰਗ ਚੈੱਕ ਕਰੋ, ਸਾਡੀ ਕੁਆਲਿਟੀ ਚੈੱਕ ਕਰੋ ਕਿ ਵਾਕਈ ਅਸੀਂ ਜਿਹੜਾ ਵਾ ਬੁਟੀਕ ਲੈਵਲ ਦਾ ਕੰਮ ਕਰਕੇ ਦਿੰਦੇ ਹਾਂ। ਕਸਟਮਰ ਸਾਡੇ ਕੋਲ ਦੂਰੋਂ ਦੂਰੋਂ ਐਵੇਂ ਨਹੀਂ ਆਉਂਦਾ, ਇਕੱਲਾ ਅਸੀਂ 2600 ਵਾਲਾ ਕੋਟ ਪੈਂਟ ਨਹੀਂ ਵੇਚਦੇ, ਅਸੀਂ ਕਸਟਮਰ ਨੂੰ ਹਰ ਤਰ੍ਹਾਂ ਦੀ ਰੇਂਜ ਦਿੰਦੇ ਹਾਂ। ਜਿਹੜਾ ਕਸਟਮਰ ਜਿਹੜਾ ਵਾ ਬੁਟੀਕ ਜੋ ਜਿਹੜਾ ਵਾ ਕੋਟ ਬਣਾ ਕੇ ਲਿਆਉਂਦਾ 15-20 ਹਜ਼ਾਰ ਰੁਪਏ ਦਾ, ਅਸੀਂ ਉਹਨੂੰ 7-8 ਹਜ਼ਾਰ ਦੇ ਵਿੱਚ ਤਿਆਰ ਕਰਕੇ ਦਿੰਦੇ ਹਾਂ। ਗਾਹਕ ਫੋਟੋ ਲੈਵੇ ਸੇਮ ਪੀਸ, ਬਾਜ਼ਾਰ ਦਾ ਰੇਟ 15,000 ਹੋਏਗਾ, ਸਾਡਾ 7,000 ਹੋਏਗਾ, ਇਸ ਚੀਜ਼ ਦੀ ਸਾਡੀ ਗਰੰਟੀ ਹੈ ਤੁਹਾਡੇ ਨਾਲ। ਆਹ ਦੇਖੋ ਜੀ ਡਿਜ਼ਾਈਨਿੰਗ ਤਿਆਰ ਕਰਾ ਕੇ ਦਿੰਦੇ। ਇਸੇ ਕਰਕੇ ਅੱਜ ਆਪਾਂ ਵੀਡੀਓ ਜਿਹੜੀ ਹੈ ਵਧੀਆ ਤੋਂ ਸਟਾਰਟ ਕੀਤੀ ਹੈ ਕਿ ਕਸਟਮਰ ਦੇ ਮਨ ਦੇ ਵਿੱਚ ਇਹ ਚੀਜ਼ ਨਾ ਹੋਵੇ ਕਿ ਬਿੱਟੂ ਦਾ ਡਿਪੂ ਕੱਲਾ 2600 ਵਾਲਾ ਕੋਟ ਪੈਂਟ ਵੇਚਦਾ, ਬਾਕੀ ਕੋਟ ਪੈਂਟ ਵੀ ਬਹੁਤ ਜਿਹੜੇ ਸਸਤੇ ਵੇਚਦਾ ਵੀ। ਸੋ ਬਿਲਕੁਲ ਜੀ, ਇੱਥੇ ਤੁਹਾਨੂੰ ਬਾਜ਼ਾਰ ਨਾਲੋਂ, ਜੇਕਰ ਬਾਜ਼ਾਰ ਤੁਹਾਨੂੰ 15,000 ਦਾ ਜਿਹੜਾ ਕੋਟ ਪੈਂਟ ਮਿਲਣਾ ਵਾ, ਇੱਥੇ ਤੁਹਾਨੂੰ ਉਹ 7,000 'ਚ ਦੇਵਾਂਗੇ। ਜਿਹੜਾ ਤੁਹਾਨੂੰ ਬਾਜ਼ਾਰ 8,000 'ਚ ਮਿਲਣਾ ਵਾ, ਇੱਥੇ ਤੁਹਾਨੂੰ 3-4 ਹਜ਼ਾਰ 'ਚ ਦੇਵਾਂਗੇ। ਸੋ ਜ਼ਿਆਦੀਆਂ ਗੱਲਾਂ ਨਾ ਕਰਦੇ ਭਾਜੀ, ਕੱਪੜਾ ਵੀ ਦਿਖਾਓ ਆਪਣੀ ਸਟਾਰਟਿੰਗ ਰੇਂਜ ਤੋਂ। ਇੱਕ ਹੋਰ ਗੱਲ, ਸਿਲਾਈ ਜਿਹੜੀ ਆ ਉਸ ਤੋਂ ਵੀ ਟੌਪ ਦੀ ਕਰਕੇ ਦੇਵਾਂਗੇ, ਇਹ ਵੀ ਸਾਡੀ ਗਰੰਟੀ ਆ। ਕਸਟਮਰ ਬਿਨਾਂ ਟਰਾਈ ਕਰਕੇ, ਟਰਾਈ ਕੀਤਿਆਂ ਕੋਟ ਘਰ ਲੈ ਕੇ ਜਾ ਕੇ ਪਾ ਲਵੇ, ਜੇ ਕੋਈ ਦਿੱਕਤ ਆ ਜਾਏਗੀ ਘਰ ਪਹੁੰਚ ਕੇ ਵੀ ਪੀਸ ਦੇ ਵਿੱਚ, ਕਹੇਗਾ ਕਿ ਮੈਨੂੰ ਫਿਟਿੰਗ ਨਹੀਂ, ਕੋਟ ਪੈਂਟ ਦੇ ਜਿਹੜੇ ਪੂਰੇ ਪੈਸੇ ਵਾਪਸ ਕਰਾਂਗੇ ਉਸੇ ਵੇਲੇ। ਸੋ ਲਓ ਜੀ, ਐਵੇਂ ਗੱਲਾਂ ਦਾ ਕੜਾਹ ਨਹੀਂ ਬਣਾਉਂਦੇ, ਜੇਕਰ ਗੱਲਬਾਤ ਆ, ਲੋਕੀ ਦੂਰੋਂ ਦੂਰੋਂ ਇਸੇ ਲਈ ਆਉਂਦੇ ਆ ਬਿੱਟੂ ਦੇ ਡੀਪੂ ਤੇ, ਕਿਉਂਕਿ ਸਟਿਚਿੰਗ ਇਹੋ ਜਿਹੀ ਮਿਲਦੀ ਆ ਜਿਹੜੀ ਹੋਰ ਕਿਤੋਂ ਨਹੀਂ ਮਿਲਣੀ। ਉਹ ਵਾਲਾ ਕੰਮ ਨਹੀਂ ਕਿ ਉੱਚੀ ਦੁਕਾਨ ਤੇ ਫੀਕਾ ਪਕਵਾਨ, ਦੁਕਾਨਾਂ ਵੱਡੀਆਂ, ਮੁੜ ਕੇ ਵਰਾਇਟੀਆਂ ਨਹੀਂ ਮਿਲਦੀਆਂ, ਉਹ ਜਿਹਾ ਸਟਿਚਿੰਗ ਨਹੀਂ ਮਿਲਦੀ, ਪਰ ਇੱਥੇ ਸਟਿਚਿੰਗ ਵੀ ਮਿਲਣੀ ਆ ਠਾ ਤੇ ਰੇਟ ਵੀ ਮਿਲਣਾ ਵਾ ਘੱਟ। ਹੈਲੋ ਭਾਜੀ, ਸਾਡੀ ਪਹਿਲੀ ਰੇਂਜ ਜਿਹੜੀ ਸਟਾਰਟ ਜਿਹੜੀ ਹਮੇਸ਼ਾ ਕਸਟਮਰ ਨੂੰ ਅਸੀਂ ਦਿੰਦੇ ਹਾਂ। ਸਭ ਤੋਂ ਸਸਤਾ ਪੰਜਾਬ ਦਾ ਕੋਟ ਪੈਂਟ ਜਿਹੜਾ ਵੇਚਣਾ ਸ਼ੁਰੂ ਕੀਤਾ ਸੀ ਬਿੱਟੂ ਦੇ ਡੀਪੂ ਨੇ, 3,000 ਤੋਂ 2 ਪੀਸ, 4,000 ਤੋਂ 3 ਪੀਸ ਅਸੀਂ ਸਟਾਰਟ ਕੀਤਾ ਸੀਗਾ ਜੀ। ਉਸ ਤੋਂ ਵੀ ਥੱਲੇ ਐਤਕੀ ਅਸੀਂ ਰੇਟ ਜਿਹੜੇ ਕੱਢੇ ਆ 2600 ਰੁਪਏ ਦਾ 2 ਪੀਸ ਤੇ 3200 ਰੁਪਏ ਦਾ 3 ਪੀਸ। ਕੋਈ ਲਿਆ ਕੇ ਦਵੇ ਤੇ ਸਾਡੇ ਵਰਗੀ ਸਟਿਚਿੰਗ ਕਰਾ ਕੇ ਦਵੇ, ਫਿਰ ਅਸੀਂ ਮੰਨਾਂਗੇ ਇਹਦੀ ਸਾਡੇ ਸਟੈਂਡ ਤੇ ਕੋਈ ਖਲੋਣ ਵਾਲਾ ਬੰਦਾ ਹੈਗਾ। ਸੋ ਬਿਲਕੁਲ ਜੀ, ਕੱਪੜਾ ਵੇਖੋ ਇਹਨੂੰ ਆਂਦੇ ਖੜ ਖੜ ਕਰਦਾ, ਅਸਲੀ ਕੱਪੜਾ। ਇਹ ਨਹੀਂ ਵੀ ਲੀਰਾਂ ਦੇ ਦੇਣੀਆਂ ਵਾ, ਗਾਹਕ ਘਰੇ ਜਾ ਕੇ ਵੇਖੇ ਭਾਈ ਸਸਤਾ ਦੇ ਚੱਕਰ 'ਚ ਚੱਲ ਗਏ, ਉੱਥੇ ਤੇ ਲੀਰਾਂ ਮਿਲ ਗਈਆਂ, ਨਾ ਨਾ ਨਾ। ਸਸਤੇ ਦੇ ਵਿੱਚ ਵੀ ਵੇਖੋ ਯਾਰਾ ਕਿ ਸਟਿਚਿੰਗ, ਆ ਸਟਿਚਿੰਗ ਵੇਖੋ ਯਾਰਾ। ਇਹ ਸਾਡੀ ਜਿਹੜੀ ਹੈ 2600 ਵਾਲੀ ਸਟਿਚਿੰਗ ਆ ਜੀ, 2 ਪੀਸ, 2 ਕੱਟ 2 ਬਟਨ। ਦੇਖੋ ਜੀ, 2 ਕੱਟ 2 ਬਟਨ। ਹਾਂ, ਜੇ ਕਸਟਮਰ ਨੇ ਉੱਪਰ ਕੋਈ ਡਿਜ਼ਾਈਨਿੰਗ ਐਕਸਟਰਾ ਕਰਾਉਣੀ ਹੋਵੇ ਉਹਦੇ ਐਕਸਟਰਾ ਚਾਰਜਿਸ ਹੁੰਦੇ ਆ, ਬਟ ਬਹੁਤ ਜ਼ਿਆਦਾ ਮਿਨੀਮਮ ਚਾਰਜਿਸ ਹੈ। ਇਹ ਨਹੀਂ ਇੱਕ ਡਿਜ਼ਾਈਨ ਦਾ ਕਹਿ ਰਹਿਣਾ ਭਾਜੀ ਸਿੱਧਾ ਹੀ 2000 ਰੇਟ ਵਧਾ ਤਾ, 2500 ਵਧਾ ਤਾ, ਬਿਲਕੁਲ ਮਿਨੀਮਮ ਚਾਰਜਿਸ ਹੁੰਦੇ ਆ। 500-700 ਹਜ਼ਾਰ 1500 ਤੱਕ ਸਾਡੇ ਚਾਰਜਿਸ ਵੱਧਦੇ ਆ, ਉਹ ਵੀ ਜਿਹੜੇ ਆ ਜਿਹੜੀ ਡਿਜ਼ਾਈਨਿੰਗ ਕਰਕੇ ਦੇਵਾਂਗੇ ਨਾ, ਬਜ਼ਾਰੋਂ 5-6 ਹਜ਼ਾਰ 'ਚ ਵੀ ਨਹੀਂ ਡਿਜ਼ਾਈਨਿੰਗ ਕੋਈ ਕਰਵਾ ਕੇ ਦੇ ਸਕਦਾ। ਸੋ ਬਿਲਕੁਲ ਜੀ, ਜਿਹੜੀ ਚੀਜ਼ ਹੈਗੀ ਆ ਵੇਖੋ ਜੈਨੂਇਨ ਭਾਜੀ ਤੁਹਾਨੂੰ ਸ਼ੁਰੂਆਤ ਤੇ ਹੀ ਦੱਸ ਰਹੇ ਆ ਕਿ ਭਾਜੀ ਆਹ ਚੀਜ਼ ਦੇ ਵੱਧ ਪੈਸੇ ਲੱਗਣੇ ਜੇ। ਮੁੜ ਕੇ ਉਹ ਨਹੀਂ ਕਿ ਵੀਡੀਓ ਵੇਖ ਕੇ ਦੁਕਾਨ ਤੇ ਆ ਗਏ, ਇੱਥੇ ਆ ਗਏ ਪਤਾ ਲੱਗੇ ਭਾਈ ਵੀਡੀਓ ਵੇਖ ਕੇ ਆ ਗਈ ਸੀ, ਠੱਗੀ ਮਾਰ ਲਈ, ਨਾ ਨਾ ਨਾ। ਜੋ ਦਿਖਾਵਾਂਗੇ ਉਹ ਇੱਥੇ ਆ ਕੇ ਮਿਲਣਾ ਹੀ ਮਿਲਣਾ ਵਾ। ਇੱਧਰ ਵੇਖੋ ਜਰਾ ਕਿ ਵਿਆਹ ਵਾਲੇ ਮੁੰਡੇ ਦਾ ਕੋਟ ਪੈਂਟ, ਇਹਨੂੰ ਆਉਂਦੀ ਆ ਦਿੱਲੀ ਬੰਬੇ ਵਾਲੇ ਡਿਜ਼ਾਈਨ, ਪਰ ਮਿਲਣੇ ਕਿੱਥੇ ਆ, ਬਿੱਟੂ ਦੇ ਡੀਪੂ ਦੇ ਜੰਡਿਆਲਾ ਗੁਰੂ। ਇੱਧਰ ਵੇਖੋ ਜਰਾ ਕਿ ਇਹਦੀ ਵੀ ਜਰਾ ਕਿ ਦਿਖਾਓ ਵੀ ਨਜ਼ਾਰੇ, ਇਹਨੂੰ ਆਉਂਦੀ ਅਸਲੀ ਨਜ਼ਾਰੇ। ਮੁੰਡਾ ਪਾਊਗਾ ਤੇ ਲੋਕਾਂ ਨੇ ਕਹਿਣਾ ਭਾਈ ਕਿੱਥੋਂ ਸਵਾ ਲਿਆ ਜੀ ਐਡਾ ਪਿਆਰਾ ਕੋਟ ਪੈਂਟ। ਸੋ ਅਜੀ ਬੁਟੀਕ ਤੇ ਚਲਦੇ ਨਾ ਕਸਟਮਰ ਦੇ ਜੀ ਸਵਾਨ ਤੇ 20-25 ਹਜ਼ਾਰ ਰੁਪਇਆ ਚਾਰਜ ਕਰਦੇ ਆ, ਅਸੀਂ ਕਿੰਨੇ ਤੇ 3 ਪੀਸ ਤਿਆਰ ਕਰਾ ਕੇ ਦੇਣਾ, ਸਿਰਫ ਤੇ ਸਿਰਫ 8,500 ਰੁਪਏ ਦੀ ਰੇਂਜ। ਵਾਹ ਜੀ ਵਾਹ,
एहो ही चीजां तुहानू बुटीकां चो 20-25 हज़ार कई तो 30-35 हज़ार भी ला देंदे आ वी भाई लगा दा ला लो, पर इत्थे ओह काम नहीं हैगा। विआह वाले मुंडे दा कोट पैंट वधिया डिजाइन पर रेट घट तो घट। सो नाल दी नाल गल्लां दा बड़े जणे करदे आ वी भाई खान टेलर रख लिया, फलाने टेलर रख लिया, पर इत्थे तुहानू सारा कुछ जिहड़ा वा ना सिद्धा सिद्धा दिखावांगे। आ इक कवर फड़ाना जरा। सो लो जी खान साहब दे नाल वी गल्लबात करांगे। अस्सलाम वालेकुम सभी को। खान साहब बड़े चर्चे आ, कहिंदे जिहड़ी स्टिचिंग तुसीं करके दिंदे जी ओह किसे तों होर हो नहीं रही, बड़े चर्चे हो रहे आ तुहाडे पंजाब च। साजी ये जो है ना रब की मेहर होती है, हर किसी पे नहीं होती है मेहर, क्योंकि बंदे बहुत होते हैं जो वादे करते हैं कि ऐदा कर देंगे ऐदा कर देंगे, पर मेहर किसी किसी पे होती है। एक बार जो बन गया ओके डन हो जाता है मामला। ये नहीं की बात करें खान साहब, कितने समय से आप ये कोट पैंट स्टिचिंग का काम कर रहे हो? साजी 26 साल तो हो गए मुझे, मेरी 35 साल की उम्र आ गई, मैं 10 साल का होऊंगा ज्यादा साथ 11 का जब से मैं इस काम में पड़ा हूं। एक आधा डिजाइन फिर हमारे दर्शकों को दिखा दो, पैच पॉकेट दिखा दीजिए। पैच पॉकेट साजी ए देखो, पैच पॉकेट है, ढक्कन है, बाहर पफ है, ठीक है, और अंदर ठाकुर द्वारा बना हुआ है, ठीक है। अब दूसरा दिखा देते हैं, कोई सा भी दिखा दो। ये लो ऐ देखो साजी, ये पैच पॉकेट है, अंदर पफ है, ठीक है, प्लस अंदर ठाकुर द्वारा है, और पैंट हमारी पैंट में रेमंड का सारा मटेरियल रेमंड का होगा, देख लो। ये नहीं कि लोकल चीज़ लगा रहे हैं, अगर लोकल चीज़ किसी ने बता दी पूरे पीस के पैसे हम देंगे। सो बिल्कुल जी वेखो, वीडियो दे विच बड़े जाने दिखा देंदे आ वी साडे कोल खान टेलर आ, साडे कोल इदां वा, साडे कोल उदां वा, पर सच तुहाडे सामने आ। जिहड़ी स्टिचिंग भाजी दिंदे आ दूर दूर चर्चे हो रहे आ, लोकी कहिंदे भाजी जिहड़ी मर्जी दुकान ते चल जाइए पर स्टिचिंग नहीं इहो जी मिलदी जिहड़ी भाजी करके दिंदे आ। असीं वी इस चीज़ दे फैन आ, क्योंकि चर्चे नड़ियाले च भी बड़े आ, लोकी कहिंदे बिट्टू दे डीपू तों अलावा असीं नहीं जे किते जाणा भाजी, स्टिचिंग ही नहीं मिलदी। सो नाल दी नाल भाजी होर वी क्वालिटीआं दिखाओ। दूर की जाणा वा, अई 2600 दा कोट पैंट दिंदे असीं, कवर नहीं 250-300 दा ला रहे आ जी, लोकी 30-40 रुपए दा कवर लांदे, साडा कवर चैक करो, असीं क्वालिटी नाल कोई कॉम्प्रोमाइज़ नहीं करदे जी, 1 रुपये दा कॉम्प्रोमाइज़ नहीं हुंदा साडी दुकान ते क्वालिटी नूं लै के। ਭਾਜੀ ਨਾਲ ਦੀ ਨਾਲ ਹੋਰ ਵੀ ਵੈਰਾਈਟੀਆਂ ਜ਼ਰੂਰ ਕੁਛ ਬਜੇ ਰਹੇ ਨਾ ਬਜੇ, ਪਰ ਕੁਆਲਿਟੀ ਨਾਲ ਸਾਡਾ ਕੋਈ ਕੰਪਰੋਮਾਈਜ਼ ਨਹੀਂ। ਅੱਜ ਅਸੀਂ ਕਸਟਮਰ ਵਾਸਤੇ ਬਹੁਤ ਹੀ ਐਕਸਟਰਾ ਆਰਡਨਰੀ ਚੀਜ਼ਾਂ ਲੈ ਕੇ ਆਏ, ਜੈਂਟਸ ਸਪੈਸ਼ਲ। ਇੱਕ ਤੁਹਾਨੂੰ ਅੱਜ ਆਈਟਮ ਦਿਖਾਉਂਦੇ ਹਾਂ ਕਿ ਪੂਰਾ ਜੰਡਿਆਲਾ ਕੀ ਪੂਰਾ ਪੰਜਾਬ ਫਿਰ ਲਓ ਕਿ ਇੱਦਾਂ ਦੀ ਕੋਈ ਆਈਟਮਾਂ ਦੇ ਦੇਗਾ। ਦੇਖੋ ਜੀ, ਕਹਿੰਦੇ ਨਾ ਨਕਲ ਵੀ ਜਿਹੜੀ ਅਕਲ ਨਾਲ ਵੱਜਦੀ ਹੈ। ਬਿਲਕੁਲ ਜੀ, ਠੀਕ ਹੈ, ਬੰਦੇ ਨੂੰ ਅਕਲ ਨਾ ਹੋਵੇ ਤਾਂ ਨਕਲ ਵੀ ਨਹੀਂ ਮਾਰ ਸਕਦਾ। ਹੁਣ ਦੇਖਿਓ ਭਾਜੀ ਸਾਡਾ ਕੋਟ ਪੈਂਟ, ਅੱਜ ਕੱਲ੍ਹ ਕਸਟਮਰ ਮੁੰਡਿਆਂ ਦੀ ਡਿਮਾਂਡ ਹੈ ਕਿ ਸਾਡੀ ਜਿਹੜੀ ਪੈਂਟ ਦਾ ਕੱਪੜਾ ਖੜਾ ਖੜਾ ਰਵੇ, ਸੋਹਣਾ ਲੱਗਦਾ ਵੀਅਰ ਕੀਤਾ, ਕਿਉਂਕਿ ਸਟਰੇਟ ਪੈਂਟਾਂ ਬੰਦੀਆਂ ਹੁਣ ਉਸੇ ਜਿਹੜੇ ਹੈ ਰਿਕੁਆਇਰਮੈਂਟ ਦੇ ਅਕੋਰਡਿੰਗ ਅਸੀਂ ਕੱਪੜਾ ਲੈ ਕੇ ਆਏ ਜੀ। ਬਹੁਤ ਹੀ ਸੋਹਣਾ ਫੈਬਰਿਕ ਆ, ਹੈਵੀ ਫੈਬਰਿਕ ਆ, ਬਹੁਤ ਹੀ ਅੱਛੀ ਕੁਆਲਿਟੀ ਦੇ ਵਿੱਚ ਫੁੱਲ ਗਰੰਟੀ ਦੇ ਨਾਲ। ਇਹਦੀ ਅਸੀਂ ਰੇਂਜ ਕੱਢੀ ਹੈ 5000 ਦਾ 2 ਪੀਸ ਅਤੇ 7000 ਦਾ 3 ਪੀਸ। ਇਹਦੀ ਰੇਂਜ ਜਿਹੜੀ ਬਾਜ਼ਾਰ ਦੇ ਵਿੱਚ ਆ, ਕੱਪੜਾ ਨਹੀਂ ਸੇਮ ਮਿਲੂਗਾ, ਰਲਦਾ ਮਿਲਦਾ ਕੱਪੜਾ ਜੇ ਮਿਲ ਵੀ ਜਾਵੇ ਨਾ ਤਾਂ ਕੋਈ 14-15 ਹਜ਼ਾਰ ਤੋਂ ਘੱਟ ਦੇ ਦੇਵੇ ਤਾਂ ਅਸੀਂ ਇਸ ਚੀਜ਼ ਦੀ ਗਰੰਟੀ ਚੁੱਕਾਂਗੇ। ਸੋ ਇੱਧਰ ਕੱਪੜਾ ਵੇਖੋ ਜੀ ਰਾਗ, ਕਲਰ ਦੇਖੋ ਇਹਦੇ ਵਿੱਚ ਅਸਲੀ ਕੱਪੜਾ, ਕੱਪੜੇ ਦਾ ਫੀਲ ਆਉਂਦਾ ਵਾ, ਨਜ਼ਾਰਾ ਪੂਰਾ। ਜੇਕਰ ਇਹੋ ਜਿਹੀਆਂ ਵੈਰਾਈਟੀਆਂ ਲੈਣੀਆਂ ਵਾ ਫਿਰ ਤੁਸੀਂ ਭਾਵੇਂ ਜਿੱਥੇ ਮਰਜ਼ੀ ਬੈਠੇ ਜੇ, ਭਾਵੇਂ ਤੁਹਾਡਾ ਕਿਰਾਇਆ ਲੱਗ ਜੂਗਾ, ਭਾਵੇਂ ਤੁਹਾਨੂੰ ਆਉਣਾ ਪਵੇ ਲੁਧਿਆਣੇ ਤੋਂ, ਭਾਵੇਂ ਆਉਣਾ ਪਵੇ ਅੰਬਾਲੇ ਤੋਂ, ਪਰ ਇੱਥੇ ਆ ਕੇ ਜਿਹੜੀਆਂ ਵੈਰਾਈਟੀਆਂ ਜਿਹੜੀ ਸਟਿਚਿੰਗ ਮਿਲ ਜਾਣੀ ਆ ਉਹ ਤੁਹਾਨੂੰ ਹੋਰ ਕਿਤੋਂ ਨਹੀਂ ਮਿਲਣੀ। ਬਾਜ਼ਾਰ ਦੇ ਵਿੱਚ ਤਕਰੀਬਨ ਤੁਹਾਨੂੰ ਜਿਹੜਾ ਨਾ ਸਟਿਚ ਕੀਤੇ ਹੋਏ ਦੇ ਕੇ ਹੀ ਕਹੀ ਜਾਣਗੇ ਵੀ ਸਟਿਚ ਕਰਤਾ ਜੀ ਸਟਿਚ ਕਰਤਾ, ਪਰ ਇੱਥੇ ਉਹ ਕੰਮ ਨਹੀਂ ਹੈਗਾ। ਪੂਰੀ ਫਿਟਿੰਗ ਤੁਹਾਨੂੰ ਆਊਗੀ, ਪੂਰੀ ਘੈਂਟ ਸਟਿਚਿੰਗ ਮਿਲੂਗੀ। ਕੱਪੜੇ ਦੀ ਕੁਆਲਿਟੀ ਚੈੱਕ ਕਰੋ, ਫਿਟਿੰਗ ਇੰਨੀ ਪਿਆਰੀ ਹੈਗੀ, ਸਟ੍ਰੈਚੇਬਲ ਕੱਪੜਾ ਵਾ, ਬਹੁਤ ਹੀ ਫਿਨਿਸ਼ ਵਧੀਆ ਅੱਛਾ ਵਾ ਕੱਪੜੇ ਦੇ ਵਿੱਚ ਬਹੁਤ। ਇਹਦੇ 'ਚ ਘੱਟੋ ਘੱਟ ਵੀ ਸਾਡੇ ਕੋਲ 18-20 ਕਲਰ ਤੁਹਾਨੂੰ ਹਮੇਸ਼ਾ ਸਾਡੇ ਕੋਲ ਹਾਇਰ ਮਿਲਣਗੇ। ਨਿਊ ਫੈਬਰਿਕ ਅਸੀਂ ਜਿਹੜਾ ਵਾ ਲਾਂਚ ਕੀਤਾ ਇਹ ਵਾਲਾ, ਕਿਸੇ ਵੀ ਤੁਹਾਨੂੰ ਦੁਕਾਨ ਤੇ ਪੂਰੀ ਪੰਜਾਬ ਤੇ ਨਹੀਂ ਮਿਲੇਗਾ ਜੀ ਚੀਜ਼ਾਂ। ਸੋ ਲਓ ਵੀ ਇੱਧਰ ਵੇਖੋ ਜਰਾ ਕਿ ਸਾਰੇ ਤੇ ਦਿਖਾਏ ਨਹੀਂ ਜਾਣੇ ਰੰਗ, ਤੁਸੀਂ ਇਦਾਂ ਹੀ ਵੇਖੋ ਜਰਾ ਕਿ ਇਹਨੂੰ ਆਉਂਦੇ ਵੈਰਾਈਟੀਆਂ, ਇਹਨੂੰ ਆਉਂਦੇ ਵੈਰਾਈਟੀਆਂ, ਇਹਨੂੰ ਆਉਂਦੇ ਵੈਰਾਈਟੀਆਂ, ਇਹਨੂੰ ਆਉਂਦੇ ਵੈਰਾਈਟੀਆਂ, ਤੇ ਇੱਧਰ ਵੇਖੋ ਜਰਾ ਕਿ ਵੈਰਾਈਟੀਆਂ ਤੇ ਵੈਰਾਈਟੀਆਂ, ਜਿੱਧਰ ਮਰਜ਼ੀ ਵੇਖ ਲਓ ਕੋਈ ਕਲਰ ਪੂਰੀਆਂ ਵੈਰਾਈਟੀਆਂ ਦੇ ਇੰਨੇ ਕਲਰ ਲੱਗ ਕੇ ਲੱਗੇ ਦਿਖਾ ਦਿਓ, ਅਸੀਂ ਤਾਂ ਵੀ ਮਾਨਾਂਗੇ। ਇਹ ਤਾਂ ਮਾਲ ਜਿਹੜਾ ਸਾਡੇ ਖਾਨਿਆਂ ਤੋਂ ਬਾਹਰ ਪਿਆ ਵਾ, ਖਾਨਿਆਂ 'ਚ ਤਾਂ ਅਲੱਗ ਦੇਖੋ, ਖਾਨੇ ਫੁੱਲ ਤੁੰਨੇ ਪਏ ਆ ਵੈਰਾਈਟੀ ਦੇ ਨਾਲ,
ਵਲੇ ਕਲਰ ਵੀ ਗਾਗ ਨੂੰ ਦੇਣੇ ਗਾਗ ਮੂੰਹ ਮੰਗੇ ਮੈਨੂੰ ਆਹ ਕਲਰ ਚਾਹੀਦਾ ਫੋਟੋ ਲਿਆਵੇ ਗਾਗ ਇਹ ਲੋ ਜੀ ਮੈਨੂੰ ਬਲੈਕ ਚਾਹੀਦਾ ਮੈਨੂੰ ਬਲੂ ਚਾਹੀਦਾ ਮੈਨੂੰ ਸ਼ਾਈਨ ਚਾਹੀਦੀ ਮੈਨੂੰ ਆਹ ਚਾਹੀਦਾ ਹਰ ਰਿਕੁਆਇਰਮੈਂਟ ਜਿਹੜੀ ਗਾਗ ਦੀ ਸੀ ਪੂਰੀ ਕਰਕੇ ਦੇਵਾਂਗੇ ਇੱਥੇ ਸੋ ਬਿਲਕੁਲ ਜੀ ਤਕਰੀਬਨ ਕੀ ਹੁੰਦਾ ਵਾ ਦੋ ਚਾਰ ਰੰਗ ਦਿਖਾ ਕੇ ਕਹਿੰਦੇ ਆ ਭਾਈ ਸਾਡੇ ਹੱਥ ਹੋ ਗਿਆ ਇਦਾਂ ਕਰਕੇ ਖੜੇ ਸਾਡੇ ਕੋਲ ਨਹੀਂ ਹੋਰ ਕੱਪੜਾ ਹੈਗਾ ਪਰ ਉਹ ਇੱਥੇ ਉਹ ਕੰਮ ਨਹੀਂ ਹੋਣਾ ਇੱਥੇ ਭਾਜੀ ਨੇ ਕਹਿਣਾ ਵੀ ਆਹ ਨਹੀਂ ਪਸੰਦ ਤੇ ਆਹ ਲੈ ਲਓ ਜੇ ਆਹ ਨਹੀਂ ਪਸੰਦ ਤੇ ਆਹ ਲੈ ਲਓ ਰੰਗ ਇੰਨੇ ਕੁ ਜ਼ਿਆਦਾ ਮਿਲਣੇ ਆ ਵੀ ਤੁਸੀਂ ਕਹਿਣਾ ਭਾਈ ਮੈਨੂੰ ਤੇ ਆਹ ਵੀ ਪਸੰਦ ਆ ਮੈਨੂੰ ਤੇ ਆਹ ਵੀ ਪਸੰਦ ਆ ਤੇ ਮੈਨੂੰ ਤੇ ਆਹ ਵੀ ਪਸੰਦ ਆ ਕਿਉਂਕਿ ਵੈਰਾਈਟੀਆਂ ਇੰਨੀਆਂ ਕਿ ਜ਼ਿਆਦਾ ਸੁਪੀਰੀਅਰ ਆ ਨਜ਼ਾਰੇ ਆਉਣੇ ਆ ਤੁਹਾਨੂੰ ਇੱਥੇ ਆ ਕੇ ਤੁਹਾਡੇ ਘਰੇ ਵਿਆਹ ਜਿਹੜਾ ਵਾ ਭਾਵੇਂ ਜਨਵਰੀ 'ਚ ਆ ਫਰਵਰੀ 'ਚ ਭਾਵੇਂ ਆ ਮਾਰਚ 'ਚ ਛੇਤੀ ਛੇਤੀ ਆ ਜਾਓ ਜੇਕਰ ਘੈਂਟ ਸਟਿਚਿੰਗ ਲੈਣੀ ਆ ਫਿਰ ਬਿੱਟੂ ਦੇ ਡੀਪੂ ਤੇ ਆਉਣਾ ਹੀ ਪੈਣਾ ਵਿਆਹ ਵਾਲਾ ਮੁੰਡਾ ਵਾ ਆਉਂਦਾ ਮੈਂ ਤੇ ਪਾਉਣਾ ਕੋਟ ਪੈਂਟ ਇਹੋ ਜਿਹਾ ਜਿਹੜਾ ਹੋਵੇ ਸਾਰਿਆਂ ਨਾਲੋਂ ਵੱਖਰਾ ਫਿਰ ਵੱਖਰਾ ਦਿਖਾਓ ਕੋਈ ਭਾਜੀ ਵੱਖਰੇ ਫੈਬਰਿਕ ਇੰਨੇ ਕੁ ਹੈ ਕਿ ਮਤਲਬ ਵੀਡੀਓ ਜਿਹੜੇ ਵੇਖਣ ਵਾਲੇ ਦਰਸ਼ਕ ਨਾ ਵੇਖ ਵੇਖ ਕੇ ਥੱਕ ਜਾਣਗੇ ਪਰ ਇਹ ਫੈਬਰਿਕ ਦਿਖਾ ਦਿਖਾ ਕੇ ਨਹੀਂ ਥੱਕਾਂਗੇ ਉਹਨੇ ਕਈ ਨਿਊ ਫੈਬਰਿਕ ਲੈ ਕੇ ਆਏ ਆ ਦੇਖੋ ਇੱਕ ਨਾ ਲੋਕਾਂ ਨੇ ਨਾ ਟੀ ਆਰ ਨੂੰ ਹਵਾ ਜਿਹਾ ਬਣਾ ਲਿਆ ਆ ਵਾ ਟੀ ਆਰ ਕੱਪੜੇ ਦਾ ਨਾਮ ਹੁੰਦਾ ਵਾ ਟੀ ਆਰ ਜਿਹੜਾ ਸਟਾਰਟਿੰਗ ਹੋਈ ਕੱਪੜੇ ਦੇ ਨਾਮ ਤੋਂ ਟੀ ਆਰ ਦੀ ਸਟਾਰਟਿੰਗ ਹੋਈ ਹੁਣ ਤਾਂ 100 ਰੁਪਏ ਮੀਟਰ ਦੇ ਟੀ ਆਰ ਲਿਖ ਕੇ ਆ ਲੱਪਿਆ ਵਾ ਜੀ ਤੁਸੀਂ ਟੀ ਆਰ ਦੇ ਮਗਰ ਨਹੀਂ ਲੱਗਣਾ ਤੁਸੀਂ ਲੱਗਣਾ ਕੁਆਲਿਟੀ ਦੇ ਮਗਰ ਸੀ ਆਰ ਆਮ ਦੀ ਦੇਖੋ ਜੀ ਬ੍ਰਾਂਡ ਤੁਸੀਂ ਚੈੱਕ ਕਰਨਾ ਕਿ ਮੈਨੂੰ ਵਾਕਈ ਸੀ ਆਰ ਆਮ ਰੇਮੰਡ ਦਾ ਇਟਾਲੀਅਨ ਜਿਹੜੇ ਫੈਬਰਿਕ ਆ ਈ ਐਮ ਐਫ ਦੇ ਵੈਜੀਲੀਟਰ ਦੇ ਬ੍ਰਾਂਡ ਮਿਲ ਰਹੇ ਜਾ ਕੇ ਦੁਕਾਨ 'ਤੇ ਉੱਥੋਂ ਤੁਹਾਨੂੰ ਪਤਾ ਲੱਗਣਾ ਕਿ ਵਾਕਈ ਅਸੀਂ ਜਿਹੜੀ ਆ ਕੁਆਲਿਟੀ ਵੇਚਦੇ ਹਾਂ ਹੁਣ ਆਹ ਜਿਹੜਾ ਦੇਖੋ ਜੀ ਫੈਬਰਿਕ ਲੈ ਕੇ ਆਏ ਹਾਂ ਇਹਦੇ ਵਿੱਚ 18 ਕਲਰਸ ਮੇਰੇ ਕੋਲ ਆਏ ਆ ਸਾਰੇ ਕਲਰ ਜਿਹੜੇ ਆ ਵਿਆਹ ਦੇ ਮੁੰਡੇ ਦੇ ਪਾਉਣ ਵਾਲੇ ਸੋ ਬਿਲਕੁਲ ਸਾਰੇ ਫੈਂਸੀ ਕਲਰ ਤਕਰੀਬਨ ਕੀ ਹੁੰਦਾ ਵਾ ਲੋਕੀ ਵੀਡੀਓ ਦੇ ਵਿੱਚ ਕਹਿੰਦੇ ਆ ਵੀ ਦੁਕਾਨ 'ਤੇ ਆ ਕੇ ਕੱਪੜਾ ਵੇਖੋ ਵੀਡੀਓ 'ਚ ਪਤਾ ਨਹੀਂ ਲੱਗਣਾ ਪਰ ਅਸੀਂ ਕਹਿੰਦੇ ਆ ਤੁਸੀਂ ਵੀਡੀਓ 'ਚ ਹੀ ਵੇਖੋ ਤੁਹਾਨੂੰ ਵੀਡੀਓ 'ਚ ਨਜ਼ਾਰਾ ਆਉਣਾ ਵਾ ਵੀਡੀਓ ਦੇ ਵਿੱਚ ਹੀ ਫੀਲ ਪਤਾ ਲੱਗਣਾ ਵਾ ਵੀ ਕੱਪੜੇ ਦਾ ਨਜ਼ਾਰਾ ਕੀ ਆ ਮਤਲਬ ਫੀਲ ਕਿੰਨੀ ਪਿਆਰੀ ਆ ਜਿਵੇਂ ਮਖਮਲ ਦੇ ਵਿੱਚ ਹੱਥ ਰੱਖ ਲਿਆ ਤਾਂ ਨਾ ਉਹ ਚੀਜ਼ ਆ ਭਾਜੀ ਫੈਬਰਿਕ ਇਹਦੀ ਰੇਂਜ ਕੀ ਆਣੀ ਆ 5500 ਟੂ ਪੀਸ ਤੇ 8000 ਦਾ 3 ਪੀਸ ਮਹਾਰਾਜ ਬਾਜ਼ਾਰ ਦੇ ਵਿੱਚ ਜਦੋਂ ਵਿਆਹ ਵਾਲੇ ਮੁੰਡੇ ਦੀ ਕੋਟ ਪੈਂਟ ਦੀ ਗੱਲ ਜਿਹੜੀ 25000 ਥੋੜੀ ਜਿਹੀ ਐਮਬਰੋਇਡਰੀ ਕਰਾਤੀ ਤੇ ਨਾਲ ਹੀ ਰੇਟ ਇਹਦਾ 30000 ਰੁਪਇਆ ਕਰ ਦਿੰਦੇ ਆ ਲਓ ਜੀ ਜੇ ਸਾਡੇ ਕੋਲ ਐਮਬਰੋਇਡਰੀ ਕਰਵਾ ਲਓਗੇ ਨਾ ਤੇ ਵੱਧ ਤੋਂ ਵੱਧ 10 ਤੋਂ 12000 ਤੋਂ ਵੱਧ ਪੀਸ ਨਹੀਂ ਬਣਨ ਦਿੰਦੇ ਅਸੀਂ 10 12000 ਭਾਜੀ ਕਹਿ ਰਹੇ ਆ ਛੇਤੀ ਛੇਤੀ ਗੱਡੀਆਂ ਕੱਢੋ ਬਿੱਟੂ ਦੇ ਡੀਪੂ ਤੇ ਆ ਜਾਓ ਪੀਸ 10 10 12000 ਅੱਜ ਤਿਆਰ ਕਰਾ ਕੇ ਦਵਾਂਗੇ ਇੱਕ ਸਪੈਸ਼ਲ ਬਲੈਕ ਆਂਦਾ ਜੀ ਜਾਪਾਨੀਜ਼ ਕਪੜਾ ਦੇਖੋ ਜੀ ਉੱਪਰ ਲੱਗਦੀ ਟਕਸੀਡੋ ਦੇਖੋ ਜੀ ਗੋਨ ਕਲਰ ਡਿਜ਼ਾਈਨ ਬਣਾ ਕੇ ਦਵਾਂਗੇ ਦੇਖੋ ਜਿਹੜੇ ਰੋਲਾ ਪਾਉਂਦੇ ਨਾ ਕਿ ਸਾਡੇ ਕੋਲ ਇੰਨੇ ਦਾ ਲੈ ਲਓ ਸਾਡੇ ਕੋਲ ਨੇ ਲੈ ਲਓ ਗੋਨ ਕਲਰ ਦਾ ਮਤਲਬ ਹੀ ਨਹੀਂ ਪਤਾ ਗੋਨ ਕਲਰ ਹੁੰਦਾ ਕੀ ਆ ਆਹ ਦੇਖੋ ਜੀ ਆਹ ਵੀ ਵੇਖੋ ਯਾਰ ਅਗਾ ਕਿੱਡਾ ਪਿਆਰਾ ਰੰਗ ਭਾਜੀ ਟਕਸੀਡੋ ਲੱਗਣੀਆਂ ਉੱਪਰ ਨਾਲ ਦੇਖੋ ਜੀ ਚੀਜ਼ਾਂ ਦੇਖੋ ਆਹ ਦੇਖੋ ਆਹ ਟਕਸੀਡੋ ਆ ਹੁੰਦੀ ਜੇ ਭਾਜੀ ਕੈਨ ਵਿੱਚ ਕਰਨਾਗੇ ਟਕਸੀਡੋ ਦਾ ਕੋਟ ਬਣਾ ਕੇ ਦਿੰਦੇ ਆ ਪਰ ਅਸਲ ਟਕਸੀਡੋ ਜਿਹੜੀ ਹੈ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਕਿ ਵਾਕਈ ਸਾਡੇ ਕੋਲ ਟਕਸੀਡੋ ਦੇ ਫੈਬਰਿਕ ਪਏ ਹੋਏ ਆ ਵਾਹ ਜੀ ਵਾਹ ਭਾਜੀ ਆ ਵੀ ਕੱਪੜਾ ਬੜਾ ਪਿਆਰਾ ਇਹਦੇ ਬਾਰੇ ਵੀ ਦੱਸੋ ਜੀ ਭਾਜੀ ਇਹ ਟਕਸੀਡੋ ਹੁੰਦੀ ਹੈ ਜਿਹੜੀ ਕਿ ਕੋਟਸ ਦੇ ਉੱਪਰ ਲੱਗਦੀ ਹੈ ਡਿਜ਼ਾਈਨਿੰਗ ਵਾਸਤੇ ਜਿਵੇਂ ਕਾਲਰਸ ਦੇ ਉੱਤੇ ਆਊਟਲਾਈਨਿੰਗ ਕਰਨੀ ਹੋਵੇ ਆਪਾਂ ਜੇਬਸ ਦੇ ਵਗੈਰਾ ਪਾਕਟਸ ਵਗੈਰਾ ਦੇ ਉੱਤੇ ਇਹ ਉਹ ਕੱਪੜਾ ਹੁੰਦਾ ਟਕਸੀਡੋ ਇਹ ਅੱਜ ਮੈਂ ਇਸ ਕਰਕੇ ਦਿਖਾ ਰਿਹਾ ਵਾਂ ਕਿ ਲੋਕੀ ਰੋਲਾ ਬੰਦੇ ਸਾਡੇ ਕੋਲ ਟਕਸੀਡੋ ਵਾਲਾ ਕੋਟ ਲੈ ਲਓ ਟਕਸੀਡੋ ਵਾਲਾ ਕੋਟ ਨਹੀਂ ਨਾ ਟਕਸੀਡੋ ਜਿਹੜੀ ਹੈ ਸਿਰਫ ਡਿਜ਼ਾਈਨਿੰਗ ਵਾਸਤੇ ਯੂਜ਼ ਹੁੰਦੀ ਆ ਅਸੀਂ ਗਾਲ ਨੂੰ ਰਿਐਲਿਟੀ ਦੱਸਾਂਗੇ ਇਹ ਨਹੀਂ ਕਿ ਆਪਣੀ ਦੁਕਾਨ ਤੇ ਸੱਦਣ ਵਾਸਤੇ ਅਸੀਂ ਝੂਠ ਬੋਲਾਂਗੇ ਇੱਕ ਤਰੀਕੇ ਦਾ ਵੀ ਕੋਈ ਵੀ ਸੋ ਬਿਲਕੁਲ ਜੀ ਤਕਰੀਬਨ ਕੀ ਹੁੰਦਾ ਵਾ ਕਿਸੇ ਨੂੰ ਸਾਲ ਹੋਇਆ ਕੱਪੜੇ 'ਚ ਵੜੇ ਨੂੰ ਕਿਸੇ ਨੂੰ 2 ਸਾਲ ਹੋਇਆ ਕਾਰੋਬਾਰ 'ਚ ਵੜੇ ਨੂੰ ਤੇ ਕਹਿਣਗੇ ਵੀ ਸਾਡੇ ਨਾਲ ਦਾ ਨਹੀਂ ਮਿਲਣਾ ਸਾਡੇ ਤੋਂ ਸਸਤਾ ਨਹੀਂ ਮਿਲਣਾ ਸਾਡੇ ਤੋਂ ਆਹ ਨਹੀਂ ਮਿਲਣਾ ਸਾਡੇ ਤੋਂ ਉਹ ਨਹੀਂ ਮਿਲਣਾ ਪਰ ਇੱਧਰ ਵੇਖੋ ਜੇ ਕੁਆਲਿਟੀਆਂ ਲੈਣੀਆਂ ਕੱਪੜੇ ਦੀਆਂ ਕੱਪੜਾ ਵੇਖਿਓ ਕਰਦਾ ਕੱਪੜਾ ਕਰੇ ਪੂਰਾ ਖੜ 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 ਇਹਨੂੰ ਆਦੀ ਅਸਲੀ ਕਪੜਾ ਨਜ਼ਾਰੇਦਾਰ ਚੀਜ਼ਾਂ ਇਧਰ ਵੇਖੋ ਲਾਈਨਿੰਗ ਦੇ ਵਿੱਚ ਕਸਟਮਰ ਨੂੰ ਲਾਈਨਿੰਗਸ ਚਾਹੀਦੀਆਂ ਦੇਖੋ 20% ਰੂਲ ਦੇ ਵਿੱਚ ਹੈ ਲਾਈਨਿੰਗ ਇਹਦੇ ਚ ਕਾਫੀ ਤੁਹਾਨੂੰ ਡਿਜ਼ਾਈਨਿੰਗ ਮਿਲ ਜਾਏਗੀ ਇਹਦੀ ਰੇਂਜ ਵੀ ਜਿਹੜੀ ਅਸੀਂ ਆ 5000 6000 ਤੋਂ ਸਟਾਰਟ ਕਰ ਦਿੰਦੇ ਆ ਸਾਡੇ ਕੋਲ ਕਾਫੀ ਰੇਂਜ ਜਿਹੜੀ ਸਾਨੂੰ ਇਹਦੇ ਵਿੱਚ ਮਿਲ ਜਾਂਦੀ ਹੈ ਆ ਦੇਖੋ ਜੀ ਲਾਈਨਿੰਗ ਇਹ ਸਿੰਗਲ ਲਾਈਨਿੰਗ ਦੇ ਵਿੱਚ ਔਰ ਟ੍ਰਿਪਲ ਲਾਈਨਿੰਗ ਦੇ ਵਿੱਚ ਦੇਖੋ ਚੀਜ਼ ਦੇਖੋ ਕੌਣ ਦੇਖੋ ਚੀਜ਼ ਦੇਖੋ ਕਲਰ ਦੇਖੋ ਕਿੰਨੇ ਸ਼ਾਨਦਾਰ ਜੀ ਬਲੈਕ ਗ੍ਰੇ ਬਲੂ ਹਰ ਤਰ੍ਹਾਂ ਦਾ ਕਲਰ ਜਿਹੜਾ ਅਸੀਂ ਤੁਹਾਨੂੰ ਦਵਾਂਗੇ ਭਾਜੀ ਕੋਟ ਪੈਂਟ ਜੇ ਤੇ ਤੁਸੀਂ ਪੂਰੀ ਕਰਾਤੀ ਆ ਅੱਤ ਭੈਣਾ ਭਰਾਵਾਂ ਨੂੰ ਪਤਾ ਲੱਗ ਗਿਆ ਹੋਣਾ ਵਾ ਕਿ ਇੱਥੇ ਹੀ ਆ ਕੇ ਹੋਣੀਆਂ ਸਾਡੇ ਫਾਇਦੇ ਦੇ ਨਾਲ ਵੈਰਾਈਟੀਆਂ ਮਿਲਣੀਆਂ ਭਰਪੂਰ ਹੁਣ ਜੇਕਰ ਸ਼ੇਰਵਾਨੀ ਦੀ ਗੱਲ ਕੀਤੀ ਜਾਵੇ ਤਕਰੀਬਨ ਜਦ ਸ਼ੇਰਵਾਨੀ ਦਾ ਨਾਂ ਆਉਂਦਾ ਨਾ ਤੇ 10-10000 12-12000 ਰੈਂਟ ਹੀ ਲਈ ਜਾਂਦੇ ਆ ਭਾਜੀ ਅਸੀਂ ਸ਼ੇਰਵਾਨੀ ਜਿਹੜੀ ਆ ਕਸਟਮਰ ਦੀ ਫਿਟਿੰਗ ਦੇ ਸਾਈਜ਼ ਦੇ ਹਿਸਾਬ ਨਾਲ ਸਟਿਚ ਕਰਵਾ ਕੇ ਦਿੰਦੇ ਆ ਰੇਟ ਕਰਦੇ ਆ ਸਟਾਰਟ ਸਿਰਫ 5000 ਤੋਂ ਜਿਹੜਾ ਫੈਬਰਿਕ ਅਸੀਂ 5000 ਦਿੰਦੇ ਤੁਹਾਨੂੰ ਵੀ ਖੋਲ ਕੇ ਚੈੱਕ ਕਰਾਉਂਦੇ ਹਾਂ ਐਲੋ ਦੇਖੋ ਜੀ ਐਮਬਰੋਇਡਰੀ ਵਾਲਾ ਫੈਬਰਿਕ ਦੇਖੋ ਚੀਜ਼
ਮਹਾਰਾਜ ਕੋਈ ਭਲੇਖਾ ਭਲੂਖਾ ਤੇ ਨਹੀਂ ਲੱਗਿਆ 5000 ਦੀ ਸਟਿਚਿੰਗ ਕਰਾਵੇ ਵਿਦ ਸਟਿਚਿੰਗ ਸ਼ਰਵਾਨੀ ਦਵਾਂਗੇ ਦੇਖੋ ਫੈਬਰਿਕ ਚੈੱਕ ਕਰੋ ਇਸ ਤੋਂ ਉੱਪਰ ਤੁਹਾਨੂੰ ਸਾਡੇ ਕੋਲ ਹਰ ਤਰ੍ਹਾਂ ਦੀ ਰੇਂਜ ਮਿਲ ਜੇਗੀ 5000 ਤੋਂ ਲੈ ਕੇ ਤੁਹਾਨੂੰ 20-25 ਹਜ਼ਾਰ ਰੁਪਏ ਦੀ ਰੇਂਜ 'ਚ ਇੱਦਾਂ ਦੀ ਸ਼ਰਵਾਨੀ ਦੇਵਾਂਗੇ ਕਿ ਜਿਹਦਾ ਬਾਜ਼ਾਰ ਰੈਂਟ ਹੀ 15-15-20 ਹਜ਼ਾਰ ਰੁਪਏ ਜਿਹੜਾ ਵਾ ਲਈ ਜਾ ਰਹੇ ਨੇ ਸਕਰੀਨਸ਼ੋਟ ਮਾਰ ਲਓ ਐਵੇਂ ਗੱਲਾਂ ਨਹੀਂ ਕਰੀ ਜਾਣੀਆਂ ਚੀਜ਼ਾਂ ਦੇਣੀਆਂ ਵਾ ਸਕਰੀਨਸ਼ੋਟ ਮਾਰੋ ਇੱਥੇ ਆ ਕੇ ਦਿਖਾਓ ਭਾਜੀ ਪੰਜਾਬ ਅਪਲਕ ਦੀ ਵੀਡੀਓ ਵੇਖ ਕੇ ਆਏ ਹਾਂ ਜਿਹੜੀਆਂ ਚੀਜ਼ਾਂ ਦਿਖਾ ਰਹੇ ਹਾਂ ਵੀਡੀਓ 'ਚ ਉਹ ਮਿਲਣੀਆਂ ਵੀ ਆ ਉਹ ਕੰਮ ਨਹੀਂ ਹੋਣਾ ਵੀ ਵੀਡੀਓ ਵੇਖ ਕੇ ਆ ਕੇ ਮੁੜ ਕੇ ਕਹਿਤਾ ਭਾਈ ਉਹ ਤਾਂ ਹੈਗਾ ਨਹੀਂ ਸਭ ਕੁਛ ਮਿਲੂਗਾ ਇੱਧਰ ਵੇਖੋ ਜਰਾ ਆਹ ਵੀ ਵੇਖੋ ਕਿੰਨਾ ਪਿਆਰਾ ਕੱਪੜਾ ਨਹੀਂ ਦੇਖੋ ਭਾਜੀ ਇਹ ਭਾਜੀ 7000 ਦੇ 7000 ਦੀ ਰੇਂਜ ਦੇ ਵਿੱਚ ਭਾਜੀ ਆਹ ਵੀ ਵੇਖੋ ਜਰਾ ਕਿੰਨਾ ਪਿਆਰਾ ਫੈਬਰਿਕ ਆ ਤਕਰੀਬਨ ਕੀ ਹੁੰਦਾ ਵਾ ਬਾਜ਼ਾਰ ਦੇ ਵਿੱਚ ਜਿਹੜਾ ਨਾ ਇੰਨੇ 'ਚ ਤੇ ਤੁਹਾਨੂੰ ਰੈਂਟ ਤੇ ਨਹੀਂ ਮਿਲਣੀ ਸ਼ੇਰਵਾਨੀ ਭਾਜੀ ਕੀ ਦੇ ਰਹੇ ਆ ਸਟਿਚਿੰਗ ਕਰਾ ਕੇ ਤੁਹਾਡੀ ਫਿਟਿੰਗ ਦੀ ਇੱਧਰ ਵੇਖੋ ਇੱਕ ਤੋਂ ਇੱਕ ਹਟ ਕੇ ਡਿਜ਼ਾਈਨ ਕੱਪੜਾ ਦਿਖਾਓ ਭਾਜੀ ਜਰਾ ਕ ਕਿੰਨੇ ਪਿਆਰੇ ਪਿਆਰੇ ਵੱਖਰੇ ਵੱਖਰੇ ਦੇਖੋ ਡਿਜ਼ਾਈਨ 7000 ਦੀ ਰੇਂਜ ਦੇ ਵਿੱਚ ਸ਼ੇਰਵਾਨੀ ਆਏਗੀ ਦੇਖੋ ਜੀ ਦੇਖੋ ਚੀਜ਼ ਫੈਬਰਿਕ ਦੇਖੋ ਸਟ੍ਰੈਚੇਬਲ ਫੈਬਰਿਕ ਆ ਜੀ ਫਿਟਿੰਗ ਇਹੋ ਜਿਹੀ ਬਣਾ ਕੇ ਦੇਵਾਂਗੇ ਕਿ ਮਤਲਬ ਵੱਡੇ ਤੋਂ ਵੱਡੇ ਬੁਟੀਕ ਨੂੰ ਚੈਲੰਜ ਕਰਨ ਨੂੰ ਤਿਆਰ ਹਾਂ ਕਿ ਸਾਡੇ ਵਰਗੀ ਫਿਟਿੰਗ ਨਹੀਂ ਕੋਈ ਬਣਾ ਕੇ ਦੇ ਸਕਦਾ ਇੰਨੀ ਸਾਡੀ ਗਰੰਟੀ ਹੈ ਜੀ ਦੇਖੋ ਜੀ ਸ਼ੇਰਵਾਨੀ ਦਾ ਡਿਜ਼ਾਈਨ ਆਹ ਦੇਖੋ ਜੋਧਪੁਰੀ ਬਣਾਓ ਇਹਦਾ ਜਿਵੇਂ ਮਰਜ਼ੀ ਡਿਜ਼ਾਈਨਿੰਗ ਕਰਿਆ ਕਰੋ ਇੱਕ ਸਾਡਾ ਸੀ ਜੋ ਅਸੀਂ ਡੇਲੀ ਸਾਡਾ ਨਾ ਸਮਝ ਲਓ ਕਿ ਇੱਕ ਪੀਸ ਆਫ ਦਾ ਡੇ ਹੁੰਦਾ ਵਾ ਅਸੀਂ ਆਪਣੇ ਆਈ ਫਰੇਮਸ 'ਤੇ ਲਗਾਉਂਦੇ ਹਾਂ ਦੇਖੋ ਭਾਅ ਜੀ ਅੱਜ ਸਾਡੇ ਪੀਸ ਆਫ ਦਾ ਡੇ ਹੋ ਜੇ ਦੇਖੋ ਭਾਅ ਜੀ ਮੈਚਿੰਗ ਉਹ ਪੀਸ ਅਸੀਂ ਜਿਹੜਾ ਵਾ ਜੋਧਪੁਰੀ ਆ 7500 ਰੁਪਏ ਦਾ ਤਿਆਰ ਕਰਵਾ ਕੇ ਦਿੰਦੇ ਹਾਂ ਵਿਦ ਸਟਿਚਿੰਗ ਸੋ ਲਓ ਜੀ ਨਾਲ ਇਹਦੇ ਇੱਧਰ ਵੇਖੋ ਜਰਾ ਕਿ ਨਾਲ ਦੀ ਨਾਲ ਭਾਅ ਜੀ ਨੇ ਨਾ ਸਿਸਟਮ ਜਿਹਾ ਬਣਾ ਕੇ ਰੱਖਿਆ ਹੋਇਆ ਵੀ ਡਿਜ਼ਾਈਨ ਨਾਲ ਦੀ ਨਾਲ ਹੀ ਦਿਖਾਉਂਦੇ ਆ ਵੀ ਤੁਹਾਨੂੰ ਕਿਹੜਾ ਡਿਜ਼ਾਈਨ ਚਾਹੀਦਾ ਫਰੇਮ ਦੇ ਵਿੱਚ ਦਿਖਾਇਆ ਜਾਂਦਾ ਵਾ ਕਿ ਆਹ ਚੀਜ਼ ਆ ਤੇ ਆਹ ਚੀਜ਼ ਬੰਨੀ ਆ ਤੁਹਾਡੀ ਭਾਜੀ ਇਸ ਤੋਂ ਇਲਾਵਾ ਜੇਕਰ ਟਾਈ ਦੀ ਗੱਲ ਕੀਤੀ ਜਾਵੇ ਉਹ ਵੀ ਆਪਣੇ ਕੋਲ ਵੈਰਾਈਟੀ ਭਰਪੂਰ ਹਾਂਜੀ ਟਾਈ ਵੀ ਵਾਧੂ ਮਿਲ ਜੇਗੀ ਭਾਜੀ ਆ ਦੇਖੋ ਤੁਹਾਨੂੰ ਟਾਈ ਦਾ ਕਨਸੈਪਟ ਦਿਖਾਉਂਦੇ ਆ ਲੋਕੀ 400-500 ਰੁਪਏ ਦੀ ਟਾਈ ਜਿਹੜੀ ਆ ਸੇਲ ਕਰਦੇ ਆ ਦੇਖੋ ਤੁਹਾਨੂੰ ਦਿੰਦੇ ਟਾਈ ਦਾ ਕਨਸੈਪਟ ਆ ਦੇਖੋ ਜੀ ਇਹ ਜਿਹੜੀ ਅਸੀਂ ਤੁਹਾਨੂੰ ਟਾਈ ਦੇਵਾਂਗੇ 250 ਰੁਪਏ ਦੀ ਦੇਖੋ ਜੀ ਕਲਰ 250 ਰੁਪਏ ਦੀ ਟਾਈ ਆਏਗੀ ਅਸੈਸਰੀ ਵੀ ਤੁਹਾਨੂੰ ਅਸੀਂ ਦੇਵਾਂਗੇ ਸਾਡੇ ਕੋਲ ਅਸੈਸਰੀ ਵੀ ਜਿਹੜੀ ਆ ਤਕਰੀਬਨ ਮਿਲ ਜੇਗੀ ਆ ਦੇਖੋ ਜੀ ਪੀਸ ਆ ਦੇਖੋ ਅਸੈਸਰੀ ਦੇਖੋ ਲੋਕੀ 5-5-6-6 ਸੌ ਰੁਪਏ ਅਸੈਸਰੀ ਦਾ ਚਾਰਜ ਕਰਦੇ ਇਹ ਸਿਰਫ ਆਏਗੀ 250 ਦੀ ਰੇਂਜ ਦੇ ਵਿੱਚ ਦੇਖੋ ਜੀ ਕਿੰਨੀ ਹੈਵੀ ਅਸੈਸਰੀ ਆ ਦੇਖੋ ਚੀਜ਼ ਤੁਹਾਨੂੰ ਘੱਟ ਰੇਂਜ 'ਚ ਵੀ ਮਿਲ ਜੇਗੀ ਆ ਲਓ ਜੀ ਸਿਰਫ ਤੇ ਸਿਰਫ ਇਹ ਮਿਲੇਗੀ ਤੁਹਾਨੂੰ ਅਸੈਸਰੀ 50 ਰੁਪਏ ਦੀ ਰੇਂਜ ਦੇ ਵਿੱਚ ਆ ਲਓ ਦੇਖੋ ਚੀਜ਼ ਮਤਲਬ ਕਸਟਮਰ ਨੂੰ ਜਿਹੜੇ ਆ ਅਸੀਂ ਹਰ ਤਰ੍ਹਾਂ ਦਾ ਕਸਟਮਰ ਦਾ ਫਾਇਦਾ ਕਰਨਾ ਵਾ ਕਿ ਅਸੈਸਰੀ ਵਿੱਚ ਵੀ ਜਿਹੜਾ ਕਸਟਮਰ ਬਾਹਰ ਜਾ ਕੇ ਲੁੱਟਿਆ ਨਾ ਜਾਵੇ ਉਹਨੂੰ ਜਿਹੜੀ ਆ ਹਰ ਚੀਜ਼ ਜਿਹੜੀ ਆ ਸਸਤੀ ਮਿਲੇ ਹੁਣ ਲੋਕਾਂ ਨੇ ਕੀ ਕੀਤਾ ਇੱਕ ਚੀਜ਼ ਸਸਤੀ ਰੱਖਦੇ ਆ ਬਾਕੀ ਸਾਰਿਆਂ ਦੇ ਵਿੱਚ ਇਹ ਛਿੱਲਦੇ ਆ ਕਿ ਮਤਲਬ ਸਮਝ ਲਓ ਕਿ ਕਸਟਮਰ ਹੀ ਛਿੱਲੀ ਲਾ ਦਿੰਦੇ ਫੜ ਕੇ ਪਰ ਸਾਡਾ ਉਹ ਕੰਮ ਨਹੀਂ ਗਾ ਅਸੀਂ ਹਰ ਚੀਜ਼ ਜਿਹੜੀ ਜੈਨੂਇਨ ਹੁਣ ਆ ਦੇਖੋ ਜੀ 200 ਦੀ ਰੇਂਜ ਦੇ ਵਿੱਚ 400-500 ਤੋਂ ਘੱਟ ਕੋਈ ਵੇਚਦਾ ਹੀ ਨਹੀਂ ਹੈ ਭਾਜੀ ਇਹ ਵਾਲੀ ਅਸੈਸਰੀ ਭਾਜੀ ਇੱਕ ਗੱਲ ਕਹਿਣ ਵਾਲੀ ਆ ਪਹਿਲੋਂ ਕੀ ਹੁੰਦਾ ਸੀ ਲੋਕ ਛੋਟੇ ਸ਼ਹਿਰਾਂ ਦੇ ਵਿੱਚੋਂ ਜਾਂਦੇ ਸੀ ਵੱਡੇ ਸ਼ਹਿਰਾਂ ਦੇ ਵਿੱਚ ਕਿ ਭਾਈ ਉੱਥੇ ਚੱਲਦੇ ਆ ਉੱਥੋਂ ਵਧੀਆ ਮਿਲਣਾ ਪਰ ਤੁਸੀਂ ਵੱਡੇ ਵੱਡੇ ਸ਼ਹਿਰਾਂ 'ਚੋਂ ਚੰਡੀਗੜ੍ਹ 'ਚੋਂ ਲੁਧਿਆਣਿਓ ਜਲੰਧਰੋਂ ਬਠਿੰਡਿਓ ਲੋਕੀ ਜੰਡਿਆਲਾ ਗੁਰੂ ਲਾਉਣ ਲਾਤੇ ਵੀ ਲੋਕੀ ਕਹਿੰਦੇ ਜਾਣਾ ਜੰਡਿਆਲੇ ਜਾਣਾ ਕਸਟਮਰ ਅਟੈਂਡ ਕੀਤੇ ਆ ਲਾਸਟ ਵੀਕ ਮੈਂ ਅੰਬਾਲੇ ਦੇ ਕਸਟਮਰ ਅਟੈਂਡ ਕੀਤੇ ਆ ਉਹਨਾਂ ਨੂੰ ਸ਼ੇਰਵਾਨੀਆਂ ਕੋਟ ਪੈਂਟ ਬਣਾ ਕੇ ਦਿੱਤੇ ਤੇ ਉਹਨਾਂ ਨੇ ਆ ਕੇ ਟਰਾਈ ਨਹੀਂ ਕੀਤੀ ਬਸ 'ਤੇ ਫੜਾਏ ਉਹਨਾਂ ਦਾ ਸਮਾਨ ਅਤੇ ਸਾਰਿਆਂ ਨੇ ਕਿਹਾ ਕਿ ਵਾ ਕੇ ਭਾਜੀ ਓਕੇ ਫਿਟਿੰਗ ਆ ਹਾਂ ਇੱਕ ਦੋ ਜਣਿਆਂ ਦੀ ਪੈਂਟ ਦੀ ਥੋੜ੍ਹੀ ਲੂਫ ਸਟਾਈਡ ਦੀ ਅਲਟਰ ਆਈ ਆ ਹੀ ਦੇਖੋ ਪਰਫੈਕਟ ਕੋਈ ਨਹੀਂ ਗਾ ਪਰ ਪਰਫੈਕਸ਼ਨਿਸਟ ਜਿਹੜਾ ਬੰਦਾ ਨਾ ਉਹਦੀ ਸਟਿਚਿੰਗ ਦਾ ਪਤਾ ਲੱਗ ਜਾਂਦਾ ਉਹਦੇ ਕੰਮ ਤੋਂ ਖਾਨ ਸਾਹਿਬ ਕਿੰਨੇ ਕੁ ਲੋਕੀ ਖੁਸ਼ ਹੁੰਦੇ ਆ ਫਿਰ ਸਟਿਚਿੰਗ ਤੋਂ ਤੁਹਾਡੀ ਤੋਂ ਦੱਸੋ ਜਰਾ ਕੁ ਬਹੁਤ ਬੰਦੇ ਖੁਸ਼ ਹੁੰਦੇ ਆ ਮੇਰੇ ਫਰੈਂਡ ਆਏ ਤੇ ਯੂਪੀ ਸੇ ਹਰਿਦੁਆਰ ਕੀ ਸਾਈਡ ਸੇ ਉਹ ਯਹਾਂ ਪੇ ਬਨਵਾ ਕੇ ਗਏ ਹੈ ਇਹਨੇ ਪਤਾ ਹੈ ਖੁਦ ਅਰੁਣ ਭਾਈ ਕੋ ਸੋ ਲਓ ਵੀ ਹਰਿਦੁਆਰ ਤੋਂ ਯੂਪੀ ਤੋਂ ਇੱਥੇ ਲੋਕ ਆਉਣ ਕੋਈ ਤੇ ਗੱਲਬਾਤ ਹੋਊਗੀ 250 ਰੁਪਏ ਜੇ ਕੋਈ ਗੱਲਬਾਤ ਆ ਫੇਰ ਹੀ ਲੋਕੀ ਦੂਰੋਂ ਦੂਰੋਂ ਆਉਂਦੇ ਆ ਐਡੀ ਐਡੀ ਦੂਰੋਂ ਤੇਲ ਫੂਕ ਕੇ ਕਿਉਂਕਿ ਜਦੋਂ ਸਟਿਚਿੰਗ ਮਿਲਣੀ ਆ ਕੈਂਟ ਰੇਟ ਮਿਲਣੇ ਆ ਬਾਜ਼ਾਰ ਨਾਲੋਂ ਅੱਧੇ ਨਾਲੋਂ ਵੀ ਘੱਟ ਫਿਰ ਆਪੇ ਬੰਦਾ ਆਉਂਦਾ ਯਾਰ ਚਲੋ ਚੱਲੀਏ ਬਿੱਟੂ ਦੇ ਡਿਪੂ ਤੇ ਉੱਥੇ ਸਟਿਚਿੰਗ ਵੀ ਘੈਂਟ ਮਿਲਣੀ ਆ ਜਿਹੜੀ ਵੱਡੀਆਂ ਵੱਡੀਆਂ ਬੁਟੀਕਾਂ 'ਚੋਂ ਨਹੀਂ ਮਿਲਣੀ ਕਿਉਂਕਿ ਬੰਦੇ ਉਹੀ ਹੁੰਦੇ ਆ ਕਈ ਵਾਰ ਵੱਡੀਆਂ ਵੱਡੀਆਂ ਬੁਟੀਕਾਂ ਨੂੰ ਵੀ ਇਹੋ ਜਿਹੇ ਕਾਰੀਗਰ ਨਹੀਂ ਮਿਲਦੇ ਖਾਨ ਸਾਹਿਬ ਵਰਗੇ ਪਰ ਜਦ ਇਹੋ ਜਿਹੇ ਖਾਨ ਸਾਹਿਬ ਵਰਗੇ ਕਾਰੀਗਰ ਘੱਟ ਰੇਟ ਦੇ ਵਿੱਚ ਵੀ ਤੁਹਾਨੂੰ ਸਟਿਚਿੰਗ ਕਰਕੇ ਦੇਣਗੇ ਤੇ ਭਾਈ ਤੁਹਾਨੂੰ ਤੇ ਆ ਜਾਣਾ ਵਾ ਨਜ਼ਾਰਾ ਤੁਹਾਨੂੰ ਫਿਟਿੰਗ ਨਾਲ ਮਤਲਬ ਹੋਣਾ ਚਾਹੀਦਾ ਤੁਹਾਨੂੰ ਕੱਪੜੇ ਨਾਲ ਮਤਲਬ ਹੋਣਾ ਚਾਹੀਦਾ ਹਰ ਚੀਜ਼ ਤੁਹਾਨੂੰ ਇੱਥੇ ਘੱਟ ਰੇਟ ਤੇ ਜੈਨੂਇਨ ਰੇਟ ਤੇ ਵਧੀਆ ਮਿਲਣ ਵਾਲੀ ਆ ਰਿਸ਼ਤੇਦਾਰੀ 'ਚ ਵਿਆਹ ਵਾ ਕਿਤੇ ਵੀ ਵਿਆਹ ਵਾ ਛੇਤੀ ਛੇਤੀ ਬਿੱਟੂ ਦੇ ਡੀਪੂ ਤੇ ਆ ਜਾਓ ਘੱਟ ਰੇਟ ਦੇ ਵਿੱਚ ਕੋਟ ਪੈਂਟ ਸ਼ੇਰਵਾਨੀ ਕੁੜਤਾ ਪਜਾਮਾ ਹਰ ਚੀਜ਼ ਨਜ਼ਾਰੇਦਾਰ ਮਿਲਣ ਵਾਲੀ ਆ ਇੱਧਰ ਵੇਖੋ ਜੀ ਭਾਈ ਆ ਦੇਖੋ ਤੁਹਾਨੂੰ ਕੁੜਤੇ ਪਜਾਮੇ ਦੀ ਅਸੀਂ ਰੇਂਜ ਦਿਖਾਉਂਦੇ ਹਾਂ ਦੇਖੋ ਪਤਾ ਕੀ ਗੱਲ ਹੈਗੀ ਆ ਕੁੜਤਾ ਪਜਾਮਾ ਤਾਂ ਅਸੀਂ ਕਹੀਏ 250-300 ਤੋਂ ਵੀ ਸ਼ੁਰੂ ਕਰ ਦੇਣਾ ਵਾ
ਪਰ ਉਹਦੀ ਸਟਿਚਿੰਗ ਦੀ ਗਰੰਟੀ ਕੌਣ ਲਏਗਾ? ਬਿਲਕੁਲ, ਅੱਜ ਬਾਜ਼ਾਰ 'ਚ ਆਪਾਂ ਜਾਂਦੇ ਹਾਂ 500-600 ਤੋਂ ਘੱਟ ਸਟਿਚਿੰਗ ਨਹੀਂ ਹੈ। ਹਾਂ, ਅਸੀਂ ਆਹ ਕੱਪੜਾ ਵੇਚ ਕੇ ਨਾ ਉਹਦੀ ਸਟਿਚਿੰਗ ਦੀ ਵਾਪਸੀ ਦੀ ਗਰੰਟੀ ਦੇਵਾਂਗੇ, ਵਿਦ ਸਟਿਚਿੰਗ ਵਾਪਸੀ ਦੇਵਾਂਗੇ ਅਗਰ ਕੱਪੜੇ ਨੂੰ ਬੋਰ ਆ ਜਾਏਗੀ। ਅਤੇ ਰੇਂਜ ਕੀ ਆਣੀ? ਸਿਰਫ 550 ਰੁਪਏ ਦੀ ਰੇਂਜ 'ਚ ਕੁੜਤਾ ਪਜਾਮਾ, ਬੁਰਦੀ ਫੁੱਲ ਗਰੰਟੀ ਹੈ, ਬੋਰ ਆ ਜਾਏਗੀ, ਕੱਪੜੇ ਦੀ ਕੋਈ ਕੰਪਲੇਂਟ ਹੈਗੀ, ਵਿਦ ਸਟਿਚਿੰਗ ਵਾਪਸੀ ਦੀ, ਚਾਹੇ ਕਸਟਮਰ ਨੇ 1500 ਰੁਪਏ ਸਟਿਚਿੰਗ ਦਾ ਖਰਚਾ ਵੀ ਉਹ ਵੀ ਤੁਹਾਨੂੰ ਵਾਪਸ ਦੇਵਾਂਗੇ ਅਸੀਂ। ਇੱਧਰ ਵੇਖ ਲਓ ਜਰਾ ਗਾ ਕੱਪੜੇ ਦਾ ਫੀਲ ਵੇਖ ਲਓ, ਇਹਨੂੰ ਆਉਂਦੇ ਆ ਅਸਲੀ ਗਰਮ ਕੱਪੜਾ। ਐਵੇਂ ਗੱਲਾਂ ਨਹੀਂ ਕਰੀ ਜਾਣੀਆਂ, ਵਰਾਇਟੀਆਂ ਵਿਖਾਉਣੀਆਂ, ਕਿਉਂਕਿ ਬਿੱਟੂ ਦੇ ਡੀਪੂ ਦਾ ਇੱਕੋ ਕੰਮ ਆ, ਗੱਲਾਂ ਘੱਟ ਵਰਾਇਟੀ ਜ਼ਿਆਦਾ। ਇੱਧਰ ਵੇਖੋ ਵਰਾਇਟੀਆਂ, ਇੱਕ ਤੋਂ ਇੱਕ ਹਟ ਕੇ ਕਲਰ ਦੇਖੋ ਜੀ, ਕਲਰ ਦੇਖੋ ਕਿੱਡੇ ਸ਼ਾਨਦਾਰ, ਫੁੱਲ ਗਰੰਟੀ ਦੇ ਨਾਲ ਕੁੜਤਾ ਪਜਾਮਾ ਵਾ, ਵਾਈਟ ਵੀ ਮਿਲੇਗਾ, ਕਲਰ ਵੀ ਮਿਲੇਗਾ। ਸਟਾਰਟਿੰਗ ਰੇਂਜ ਸਾਡੀ ਜਿਹੜੀ ਹੈ 550 ਰੁਪਏ ਦੀ ਰੇਂਜ 'ਚ ਕੁੜਤਾ ਪਜਾਮਾ ਜਿਹੜਾ ਗਰਮ, ਉਹ ਤੁਹਾਡੇ ਕੋਲ 250-300 ਦੀ ਕੁੜਤਾ ਪਜਾਮਾ ਹੈਗਾ ਗਰਮ, ਪਰ ਜਿਹੜੀ ਤੁਹਾਨੂੰ ਗਰੰਟੀ ਵਾਲੀ ਚੀਜ਼ ਜਿਹੜੀ ਅਸੀਂ 550 ਰੁਪਏ ਵਿੱਚ ਦੇਵਾਂਗੇ। ਹੁਣ ਆਹ ਦੇਖੋ ਜੀ, ਰੇਜ਼ਿੰਗ ਵਾਲਾ ਕੱਪੜਾ ਆਉਂਦਾ ਜੇ 750-750 ਰੁਪਏ ਦੀ ਰੇਂਜ 'ਚ ਕੁੜਤਾ, ਮੈਂ ਲੋਕ 1000-1000 1200-1200 ਰੁਪਏ ਦਾ ਵੇਚਦੇ ਆ। ਤੁਹਾਨੂੰ ਦਿਖਾਉਂਦੇ ਹਾਂ ਚੀਜ਼ ਰੇਜ਼ਿੰਗ, ਜਿਵੇਂ ਭਾਅ ਜੀ ਜੈਕਟ ਦੇ ਥੱਲੇ ਜਿਹੜੀ ਆ ਉਨ ਟਾਈਪ ਚੀਜ਼ ਲੱਗੀ ਹੁੰਦੀ ਨਾ, ਸੇਮ ਇਸੇ ਕੱਪੜੇ ਥੱਲੇ ਲੱਗੀ ਆ। ਦੇਖੋ ਭਾਅ ਜੀ, ਦੇਖੋ ਜੀ, ਦੇਖੋ ਚੀਜ਼, ਦੇਖੋ ਕੱਪੜੇ ਬੈਕ 'ਤੇ, ਦੇਖੋ ਜੀ ਪੂਰਾ ਜਿਵੇਂ ਨਾ, ਦੇਖੋ ਜੀ ਗਰਮ, ਜਿਵੇਂ ਪਸ਼ਮੀਨੇ ਦੀ ਜਿਹੜੀ ਫੀਲ ਦਿੱਤੀ ਹੁੰਦੀ ਹੈ, ਪੂਰੇ ਰੇਜ਼ਿੰਗ ਆਉਂਦੀ ਕੁਛ ਕੱਪੜੇ ਦੇ ਮਗਰ ਪੂਰੇ। ਇਹ 750 ਰੁਪਏ ਰੇਂਜ 'ਚ ਗਰਮ ਕੁੜਤਾ ਪਜਾਮਾ ਭਾਅ ਜੀ, ਆ ਵੀ ਬੜਾ ਪਿਆਰਾ ਰੰਗ ਆ, ਆ ਵੀ ਦਿਖਾ ਦਿਓ ਜਰਾ ਭਾਅ ਜੀ। ਇਹ ਹੈਗਾ ਜੇ ਗੀਜ਼ਾ ਕਾਟਨ ਦਾ ਕੁੜਤਾ ਪਜਾਮਾ, ਦੇਖੋ ਚੀਜ਼ ਰੰਗ ਆਣਗੇ ਇਹਦੇ ਵਿੱਚ 25-30, ਅਤੇ ਰੇਂਜ ਆਏਗੀ ਸਿਰਫ ਅਤੇ ਸਿਰਫ 750। ਕੱਪੜਾ ਦੇਖੋ ਕਿੱਡਾ ਸ਼ਾਨਦਾਰ, ਦੇਖੋ ਚੀਜ਼ ਭਾਅ ਜੀ 750 ਦੇ ਵਿੱਚ, 750 ਰੁਪਏ ਦਾ ਓਰੀਜਨਲ ਗੀਜ਼ਾ ਕਾਟਨ ਭਾਅ ਜੀ, ਓਰੀਜਨਲ ਗੀਜ਼ਾ ਕਾਟਨ। ਕੱਪੜਾ ਦੇਖੋ ਕਿੱਡਾ ਸ਼ਾਨਦਾਰ, ਕਸਟਮਰ ਜਿੱਥੇ ਮਰਜ਼ੀ ਭੱਜਾ ਫਿਰੇ ਫੁੱਲ ਗਰੰਟੀ ਦੇ ਨਾਲ। ਕਲਰ ਰੰਗ ਵੀ ਵੇਖ ਲਓ ਜੇ, ਰੰਗ ਵੀ ਕਿੱਡੇ ਪਿਆਰੇ ਪਿਆਰੇ ਰੰਗ ਮਿਲਨੇ ਆ ਭਾਈ ਨੇ, ਲਿਆ ਤਾਂ ਨਜ਼ਾਰਾ। ਇਹੋ ਹੀ ਚੀਜ਼ਾਂ ਵੱਡੀਆਂ ਵੱਡੀਆਂ ਦੁਕਾਨਾਂ ਦੇ ਉੱਤੇ ਤੁਹਾਨੂੰ ਜਿਹੜੀਆਂ ਵਾ ਨਾ 2000-2500, ਪਰ ਬਿੱਟੂ ਦੇ ਡੀਪੂ 'ਤੇ ਕਮਾਲ ਭਾਅ ਜੀ 750 ਦੱਸਿਆ ਦਾ, 750 ਰੁਪਏ ਦਾ ਕੁੜਤਾ ਪਜਾਮਾ। ਵਾਹ ਜੀ ਵਾਹ, ਨਜ਼ਾਰੇਦਾਰ ਚੀਜ਼ਾਂ। ਆਹ ਪੇਟੀਆਂ ਕਾਹਦੀਆਂ ਰੱਖਤੀਆਂ ਜੀ, ਇਹ ਵੀ ਦੱਸ ਦਿਓ। ਇਹ ਵਾਈਟ ਸ਼ਰਟਿੰਗ ਦੀ ਪੇਟੀ ਹੈ ਸਾਡੀ, ਸੀਆ ਰਾਮ ਦੀ ਓਰੀਜਨਲ 100% ਕਾਟਨ ਜਿਹੜੀ ਹੈ। ਦੇਖੋ ਜੀ, ਦੇਖੋ ਸ਼ਰਟ, ਇਹਦੀ ਤੁਸੀਂ MRP ਚੈੱਕ ਕਰ ਸਕਦੇ ਜੀ, 1000। ਇਹ ਤੁਹਾਨੂੰ ਇਹਦੇ ਨਾਲ ਹੀ ਦੇਵਾਂਗੇ ਸਟਿਚਿੰਗ ਬਿਲਕੁਲ ਫ੍ਰੀ। ਲਓ ਜੀ, 1000 ਰੁਪਏ ਦੀ ਸ਼ਰਟ ਸਟਿਚਿੰਗ ਫ੍ਰੀ, 1000 ਰੁਪਏ ਦੀ ਸ਼ਰਟ ਲਓ ਸਾਡੇ ਕੋਲੋਂ ਸੀਆ ਰਾਮ ਦੀ, ਨਾਲ ਸਟਿਚਿੰਗ ਫ੍ਰੀ। ਇਹਨੂੰ ਆਉਂਦੇ ਆ ਅਸਲੀ ਧਮਾਕਾ। ਇੱਧਰ ਵੇਖੋ ਜਰਾ ਕੁ, ਇੱਕ ਨਹੀਂ ਦੋ ਨਹੀਂ ਪੇਟੀਆਂ ਦੀਆਂ ਪੇਟੀਆਂ ਪਈਆਂ ਹੋਈਆਂ ਵਾ, ਵਰਾਇਟੀਆਂ ਤੁਹਾਨੂੰ ਪੂਰੀਆਂ ਨਜ਼ਾਰੇਦਾਰ ਮਿਲਣੀਆਂ। ਇੱਕ ਪੇਟੀ ਨਹੀਂ, ਇਹਨੂੰ ਆਉਂਦੇ ਪੇਟੀਆਂ। ਇਸ ਤਰ੍ਹਾਂ ਹੀ ਥੱਲੇ ਖਾਨਿਆਂ ਦੇ ਵਿੱਚ ਸਿਸਟਮ ਬਣਿਆ ਹੋਇਆ ਵਾ, ਨਜ਼ਾਰੇਦਾਰ ਚੀਜ਼ਾਂ ਭਾਅ ਜੀ ਦਿਖਾ ਰਹੇ ਹਾਂ ਜੀ। ਤੁਹਾਨੂੰ ਹੋਰ ਚੀਜ਼ਾਂ ਦਿਖਾਉਂਦੇ ਹਾਂ, ਦੇਖੋ ਭਾਅ ਜੀ MRP 660, ਅਤੇ ਤੁਸੀਂ ਦੱਸੋ ਜੀ ਤੁਹਾਨੂੰ ਦੇਵਾਂਗੇ ਇਹ ਜਿਹੜੀ ਪੈਂਟ ਸ਼ਰਟ ਸਿਰਫ ਅਤੇ ਸਿਰਫ ਜਿਹੜੀ ਹੈ 250 ਰੁਪਏ ਦੀ। ਮਹਾਰਾਜ 650 ਵਾਲੀ 250 'ਚ, ਇਹ ਚੱਕਰ ਕੀ ਆ, ਇੰਨਾ ਸਸਤਾ ਕਿਸ ਤਰ੍ਹਾਂ ਦੇ ਰਹੇ ਹੋ? ਭਾਅ ਜੀ ਦੇਖੋ, ਅਸੀਂ ਮਾਰਜਨ ਰੱਖਣਾ ਛੋਟਾ। ਦੇਖੋ ਜੀ ਪੈਂਟ ਸ਼ਰਟ ਦੀ ਪੈਕਿੰਗ ਤੁਸੀਂ ਪਹਿਲਾਂ ਚੈੱਕ ਕਰੋ, ਫਿਰ ਮੈਂ ਨਾਲ ਗੱਲ ਕਰਨਾ। ਦੇਖੋ ਜੀ ਪੈਂਟ ਸ਼ਰਟ ਦੀ ਪੈਕਿੰਗ, ਦੇਖੋ ਚੀਜ਼ ਇਹ, ਅਸੀਂ ਤੁਹਾਨੂੰ ਇਹ ਵੀ ਜਿਹੜੀ ਹੈ ਪੈਂਟ ਸ਼ਰਟ ਜਿਹੜੀ ਦੇ ਰਹੇ ਤੁਹਾਨੂੰ ਦੇ ਦਾਂਗੇ 200 ਰੁਪਏ ਦੀ ਰੇਂਜ 'ਚ। ਲਓ ਵੀ ਇੱਧਰ ਵੇਖੋ ਜਿਸ ਤਰ੍ਹਾਂ, ਹੁਣ ਮੈਂ ਤੁਹਾਨੂੰ ਦੱਸਦਾ ਕਿ ਮਾਰਕੀਟ ਦੇ ਵਿੱਚ ਤੁਹਾਨੂੰ ਮੂਰਖ ਕਿਸ ਤਰ੍ਹਾਂ ਬਣਾਉਂਦੇ ਆ ਦੁਕਾਨਦਾਰ। ਆਹ 500 ਰੁਪਈਆ MRP ਆ, ਭਾਅ ਜੀ ਕਹਿੰਦੇ 200 ਦਾ ਦੇਵਾਂਗੇ। ਵੀਡੀਓ ਦੇ ਵਿੱਚ ਕੀ ਚੱਕਰ ਹੁੰਦਾ, ਕਹਿੰਦੇ 500 ਵਾਲਾ ਅਸੀਂ ਤੁਹਾਨੂੰ ਤਕਰੀਬਨ 500 ਰੁਪਈਆ MRP ਇੱਕ ਨਾ ਇੱਕ ਫ੍ਰੀ ਦੇ ਤਾ, 250 'ਚ ਲਾ ਤਾ ਅਤੇ ਮੂਰਖ ਵੀ ਬਣਾ ਤਾ। ਪਰ ਇੱਥੇ ਭਾਅ ਜੀ ਕਹਿੰਦੇ ਸਿੱਧਾ ਸਿੱਧਾ ਸਿਸਟਮ ਆ, ਅਸੀਂ ਕੋਈ ਉਹੋ ਜਿਹਾ ਕੰਮ ਨਹੀਂ ਕਰਨਾ। ਜੇ 200 ਰੁਪਏ ਵਾਲੀ ਅਸੀਂ 500 ਵਾਲੀ ਚੀਜ਼ 200 'ਚ ਦੇਣੀ ਆ, ਤਾਂ ਸਿੱਧਾ ਸਿੱਧਾ ਹੀ ਕਹਿ ਦੇਣਾ ਭਾਈ ਭਾਵੇਂ ਸਿੰਗਲ ਪੀਸ ਲੈ ਲਓ। ਦੇਖੋ ਜੀ ਹੁਣ ਤੁਹਾਨੂੰ ਅਸੀਂ ਬ੍ਰਾਂਡ ਵੀ ਦਿਖਾਵਾਂਗੇ, ਬ੍ਰਾਂਡਿਡ ਵੀ ਲੈ ਲਓ। ਲਓ ਜੀ ਸੀਆ ਰਾਮ, ਸੀਆ ਰਾਮ ਦੇ ਵੀ ਤੁਹਾਨੂੰ ਦਿਖਾਵਾਂਗੇ ਪੈਂਟ ਸ਼ਰਟ। ਦੇਖੋ ਜੀ ਪੀਸ 1143 ਰੁਪਏ MRP ਹੈ, ਇਹ ਤੁਹਾਨੂੰ ਸਾਡੇ ਕੋਲ ਪੈਂਟ ਸ਼ਰਟ ਜਿਹੜੀ ਮਿਲਣੀ ਹੈ 550 ਰੁਪਏ ਦੀ। ਰੰਗ ਵੇਖ ਲਓ ਜਰਾ ਕੁ, ਇੱਕ ਨਹੀਂ ਮਿਲਣਾ, ਇੱਧਰ ਪੀਸ ਵੇਖੋ, ਇੱਕ ਤੋਂ ਇੱਕ ਹਟ ਕੇ ਚੀਜ਼ਾਂ ਤੁਹਾਨੂੰ ਮਿਲਣ ਵਾਲੀਆਂ ਵਾ, ਨਜ਼ਾਰੇਦਾਰ। ਭਾਅ ਜੀ ਇਹਦੀ ਰੇਂਜ ਕੀ ਦੱਸੀ ਤੁਸੀਂ? 550 ਭਾਅ ਜੀ, 1100 ਇੱਧਰ MRP ਵੇਖੋ ਜਰਾ, 1143, ਅਤੇ ਤਕਰੀਬਨ ਜਿਹੜੇ ਆ ਨਾ ਵੱਡੇ ਵੱਡੇ ਆਪਣੇ ਆਪ ਨੂੰ ਹੋਲਸੇਲਰ ਦੱਸਦੇ ਆ, ਉਹ ਕਹਿਣਗੇ ਜੀ ਸਾਡੇ ਕੋਲ ਤਾਂ ਭਾਅ ਜੀ ਬੜਾ ਘੱਟ ਰੇਟ ਦੇ ਰਹੇ ਆ, 1100 ਵਾਲਾ MRP ਸਾਡੇ ਕੋਲ 800 'ਚ ਲੈ ਲਓ। ਪਰ ਭਾਅ ਜੀ ਕਹਿੰਦੇ ਕਿੰਨੇ 'ਚ ਦੇਣਾ ਵਾ? 550 ਰੁਪਏ ਦੇ ਵਿੱਚ, 1062 ਰੁਪਏ MRP 500 'ਚ ਲੈ ਲਓ। ਲਓ ਜੀ ਅੱਧੋ ਅੱਧ 50% ਔਫ, ਅੱਧੇ ਨਾਲੋਂ ਵੀ ਘੱਟ ਜੀ, 55-60% ਔਫ ਮਿਲਣਾ ਵਾ ਤੁਹਾਨੂੰ। ਇੱਕ ਵਾਰੀ ਝਾਤੀ ਮਾਰ ਲਓ ਪੂਰੇ ਸਟੋਰ 'ਤੇ ਵੀ ਕਿੰਨੀ ਜ਼ਿਆਦਾ ਵਰਾਇਟੀ ਹੈ ਇੱਥੇ।
ਸ਼ਰਟਿੰਗ ਦੀ ਵਰਾਇਟੀ ਤੁਹਾਨੂੰ ਇਸ ਤਰ੍ਹਾਂ ਦੀ ਦੇਵਾਂਗੇ, ਤੁਹਾਨੂੰ ਦਿਖਾ ਇੱਕ ਹੁਣ ਤੁਹਾਨੂੰ ਦਿਖਾਉਂਦੇ ਹਾਂ ਵੱਡੇ ਭਰ ਦੀ ਕਿਦਾ ਕੱਢਣ ਭਾਜੀ। ਇੱਕ ਵਾਰੀ ਵਰਾਇਟੀਆਂ ਵੇਖ ਲਓ, ਸ਼ੋਰੂਮ ਮੁੱਕਣ ਦਾ ਨਾਮ ਹੀ ਨਹੀਂ ਲੈਂਦਾ ਤੇ ਵਰਾਇਟੀਆਂ ਵੀ ਮੁੱਕਣ ਦਾ ਨਾਮ ਨਹੀਂ ਲੈਂਦੀਆਂ। ਇੱਧਰ ਥਾਨ ਉੱਧਰ ਥਾਨ, ਜਿੱਧਰ ਵੇਖੋਗੇ ਉੱਧਰ ਕੱਪੜਾ ਹੀ ਕੱਪੜਾ ਮਿਲਣਾ ਤੁਹਾਨੂੰ। ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਂਦੇ ਹਾਂ, ਕੋਟਰਾਈ ਅੱਜ ਕੱਲ੍ਹ ਬਹੁਤ ਟ੍ਰੈਂਡ ਦੇ ਵਿੱਚ ਹੈ। ਬਿਲਕੁਲ ਜੀ, ਕਿਸੇ ਕੋਲ ਥਾਨ ਤੁਹਾਨੂੰ ਮਿਲਣਗੇ, ਇੱਕ ਕਿਸੇ ਕੋਲ ਮਿਲੇਗਾ, ਦੋ ਕਿਸੇ ਕੋਲ ਮਿਲਣਗੇ, ਚਾਰ ਤੁਹਾਨੂੰ ਸਾਡੇ ਕੋਲ ਮਿਲਣਗੇ 32 ਕਲਰਸ ਕੋਟਰਾਈ ਦੇ ਵਿੱਚ ਜੀ ਰੰਗ। ਹਾਂਜੀ, ਹੁਣੇ ਗਿਣ ਕੇ ਤੁਹਾਨੂੰ ਤੁਹਾਡੇ ਕੇ ਲਾਰਾਂਗੇ ਕਲਰ ਸਾਰੇ ਤੇ ਇੱਥੇ ਤਕਰੀਬਨ 4-5 ਤੋਂ ਵੱਧ ਰੰਗ ਨਹੀਂ ਹੁੰਦੇ, ਤੁਸੀਂ 32 ਕਹਿੰਦੇ ਹੋ। ਅਸੀਂ 32 ਕਲਰ ਦਵਾਂਗੇ ਕੋਟਰਾਈ ਦੇ ਵਿੱਚ ਤੇ 15-20 ਕਲਰ ਦਵਾਂਗੇ ਜੀਨਸ ਦੇ ਵਿੱਚ। ਵਾਹ ਜੀ ਵਾਹ, 32 ਰੰਗ, ਇਹਨੂੰ ਆਂਦੇ ਨਜ਼ਾਰੇਦਾਰ। ਇੱਧਰ ਵੇਖੋ 5-10 ਰੰਗ ਤੇ ਸਾਹਮਣੇ ਹੀ ਲੱਗੇ ਹੋਏ ਆ। ਇੱਧਰ ਵੇਖੋ ਵੇਖੋ ਥਾਨ ਮੋਟੇ ਹੋ ਜਾਂਦੇ, 14 ਮੀਟਰ ਥਾਨ ਦੇਖੋ ਕਿੰਨਾ ਫਲਾਵਰ ਦੇ ਵਿੱਚ ਹੈ। ਕੁਆਲਿਟੀ ਇੱਧਰ ਵੇਖੋ ਜਰਾ, ਕੁਆਲਿਟੀ ਵੇਖੋ ਜਰਾ, ਇੱਕ ਤੋਂ ਇੱਕ ਹਟ ਕੇ ਰੰਗ ਤੁਹਾਨੂੰ। ਇਹ ਓਰੀਜਨਲ ਕੋਟਰਾਈ ਹੈ ਜੀ, ਡੁਪਲੀਕੇਟ ਕੋਈ ਨਹੀਂ। ਇਹ ਅਸੀਂ ਜਿਹੜੀ ਹੈ ਕੋਟਰਾਈ ਦੀ ਪੈਂਟ ਜਿਹੜੀ ਆ 1400 ਰੁਪਏ ਦੀ ਸਟਿਚ ਕਰਵਾ ਕੇ ਦਿੰਦੇ ਹਾਂ ਜੀ। ਦੇਖੋ ਜੀ, ਹਾਂ ਜੀਨ ਦੀ ਕੁਆਲਿਟੀ ਸਾਡੀ ਚੈੱਕ ਕਰੋ। ਇਹਦੇ ਵਿੱਚ ਵੀ ਤੁਹਾਨੂੰ 15-20 ਕਲਰ ਅਸੀਂ ਦੇਵਾਂਗੇ ਜੀ ਜੀਨ ਦੇ ਵਿੱਚ ਵੀ। ਦੇਖੋ ਕੁਆਲਿਟੀ ਚੈੱਕ ਕਰੋ, 1500 ਰੁਪਏ ਦੀ ਸਟਿਚ ਕਰਵਾ ਕੇ ਜੀਨ, ਤੇ ਹੁਣ ਤੁਹਾਨੂੰ ਇਹਦੀ ਸਟਿਚਿੰਗ ਵੀ ਦਿਖਾਉਂਦੇ ਹਾਂ ਕਿੱਦਾਂ ਦੀ ਆ। ਦੇਖਣਾ ਗੁੱਡ ਬਾਈ ਖਾਨ ਸਾਹਿਬ, ਸਟਿਚਿੰਗ ਕੀ ਹੋਈ ਪੈਂਟ ਦਿਖਾ ਦਿਓ ਜੀ। ਸਟਿਚਿੰਗ ਕੀ ਹੋਈ ਹਮਾਰੀ ਪੈਂਟ ਦਿਖਾਣਾ ਜੀਨਸ ਕੀ। ਸੋ ਤਕਰੀਬਨ ਸਟਿਚਿੰਗ ਜਿਹੜੀ ਹੈ ਨਾ, ਉਹਨੇ ਲੋਕਾਂ ਨੂੰ ਫੈਨ ਬਣਾਇਆ ਹੋਇਆ ਵਾ, ਕਿਉਂਕਿ ਕੱਪੜਾ ਤੇ ਸਾਰੇ ਕਿਤੋਂ ਮਿਲ ਜਾਂਦਾ, ਪਰ ਇੱਥੇ ਉਹੋ ਹੀ ਕੱਪੜਾ ਤੁਹਾਨੂੰ ਮਿਲਣਾ ਵਾ ਘੱਟ ਰੇਟ ਤੇ ਨਾਲ ਦੀ ਨਾਲ। ਦੇਖੋ ਬਾਜੀ, ਇਹਦਾ ਕਾਰੀਗਰ ਪੀਸ ਲੈ ਤਿਆਰ ਕਰ ਹੀ ਰਿਹਾ ਸੀ, ਮੈਂ ਉਸ ਤਰ੍ਹਾਂ ਹੀ ਫੜ ਲਿਆ, ਲੈ ਨਾ ਕੋਈ ਪ੍ਰੈਸ ਹੋਈ ਨਾ ਕੁਛ ਹੀ। ਦੇਖੋ ਡਿਜ਼ਾਈਨਿੰਗ, ਦੇਖੋ ਮਿਹਨਤ ਕੀਤੀ ਹੋਈ ਪੈਂਟ ਦੇ ਉੱਤੇ। 1500 ਰੁਪਏ ਦੀ ਰੇਂਜ ਦੇ ਵਿੱਚ ਪੈਂਟ ਆਏਗੀ, ਫੁੱਲ ਗਰੰਟੀ ਹੈ ਸਟਿਚਿੰਗ ਦੀ। ਦੇਖੋ ਜੀ ਬਾਜੀ, ਆਪ ਸਟਿਚ ਕੀਤੀ ਹੈ ਜੀ? ਹਾਂਜੀ ਬਾਜੀ, ਆਪ ਸਟਿਚ ਕੀਤੀ। ਦੇਖੋ ਜੀ ਡਿਜ਼ਾਈਨਿੰਗ, ਦੇਖੋ ਕਾਰੀਗਰ ਨੇ ਕੀਤੀ ਹੈ ਜੀ, ਕੋਈ ਐਵੇਂ ਕਿਵੇਂ ਨਹੀਂ ਬੰਦੇ ਨੇ ਕੀਤੀ। ਸੋ ਲਓ ਜੀ, ਅੰਤ ਤੇ ਅਸੀਂ ਤੁਹਾਨੂੰ ਇੱਕ ਵਾਰ ਨਹੀਂ ਫਿਰ ਤੋਂ ਕਵਾਂਗੇ, ਜੇਕਰ ਪੂਰੀ ਘੈਂਟ ਸਟਿਚਿੰਗ ਲੈਣੀ ਆ, ਵਧੀਆ ਵੈਰਾਈਟੀਆਂ ਲੈਣੀਆਂ ਵਾ, ਫਿਰ ਬਿੱਟੂ ਤੇ ਡੀਪੂ ਤੇ ਆ ਜਾਓ ਭਾਜੀ। ਕਹਿੰਦੇ ਸ਼ਰਟਾਂ ਵੀ ਵਿਖਾਉਣੀਆਂ, ਸ਼ਰਟਾਂ ਵੀ ਦਿਖਾ ਦਿਓ ਭਾਜੀ। ਆ ਦੇਖੋ ਸ਼ਰਟਾਂ ਦੀ ਡਿਜ਼ਾਈਨਿੰਗ ਸਾਡੇ ਕੋਲ, ਤੁਹਾਨੂੰ ਹਰ ਤਰ੍ਹਾਂ ਦਾ ਵਾਈਟ ਕੁੜਤਾ ਪਜਾਮਾ ਵੀ ਮਿਲੇਗਾ। ਆ ਦੇਖੋ ਜੀ, ਰੇਮੰਡ, ਔਰਸਨ, ਬਿਰਲਾ ਸੈਂਚਰੀ, ਸੀਆਰਾਮ, ਵਿਮਲ, ਮੁਫਤਲਾਲ, ਹਰ ਤਰ੍ਹਾਂ ਦਾ ਜਿਹੜਾ ਵਾਈਟ ਕੱਪੜਾ ਸੀ ਜਿਹੜਾ ਵਾ ਆਪਣੇ ਕੋਲ ਅਵੇਲੇਬਲ ਰੱਖਦੇ ਹਮੇਸ਼ਾ। ਹੁਣ ਦੇਖੋ ਇੱਕ ਸੋਬਰ ਸ਼ਰਟ ਆ ਤੁਹਾਨੂੰ ਦਿਖਾਉਂਦੇ ਹਾਂ ਭਾਜੀ। ਦੇਖੋ ਸਾਡੇ ਕੋਲ ਨੋਰਮਲ ਤੋਂ ਲੈ ਕੇ ਤੇ ਪ੍ਰੀਮੀਅਮ ਰੇਂਜ ਤੱਕ ਸਾਡੇ ਕੋਲ ਕੁਆਲਿਟੀਆਂ ਤੁਹਾਨੂੰ ਮਿਲਣਗੀਆਂ। ਤੁਹਾਨੂੰ ਆ ਦਿਖਾਉਂਦੇ ਹਾਂ ਜੀ ਸ਼ਰਟ, ਹੈਲੋ ਬਾਈ ਸ਼ਰਟ, ਕੁਆਲਿਟੀ ਚੈੱਕ ਕਰੋ। ਜਿਹੜਾ ਆਫਿਸ ਲੈਵਲ ਦਾ ਬੰਦਾ ਨਾ ਕੁਆਲਿਟੀਆਂ ਨੂੰ, ਉਹਨੂੰ ਪਤਾ ਕਿ ਵਾਕਈ ਓਰੀਜਨਲਿਟੀ ਕੀ ਹੁੰਦੀ ਆ। ਦੇਖੋ ਚੀਜ਼, ਦੇਖੋ ਓਰੀਜਨਲ ਅਫੀਸ਼ੀਅਲ ਲੈਵਲ ਦੀਆਂ ਸ਼ਰਟਾਂ। ਦੇਖੋ ਕੁੜਤੇ ਪਜਾਮੇ ਦੇ ਥਾਂ ਦੇਖੋ ਕਿੰਨੇ ਲੱਗੇ, ਇਹ ਤਾਂ ਸਿਰਫ ਸਾਡਾ ਟ੍ਰੇਲਰ ਹੈ। ਚਲੋ ਕਿਤੇ ਆਪਣੇ ਗਡਾਊਂ 'ਚ ਤੁਹਾਨੂੰ ਲੈ ਕੇ ਨਾ, ਤਾਂ ਗਾਹਕ ਨੇ ਵੇਖ ਕੇ ਹੈਰਾਨ ਹੁੰਦਾ ਕਿ ਵਾਕਈ ਵਾਈਟ ਥਾਂ ਨੇ, ਤੁਸੀਂ ਹੋਲਸੇਲ ਦੀ ਦੁਕਾਨ 'ਤੇ ਲੈ ਆਈਏ ਸਾਨੂੰ। ਸੋ ਬਿਲਕੁਲ ਜੀ, ਵੀਡੀਓ ਇਸ ਤਰ੍ਹਾਂ ਬਹੁਤ ਲੰਬੀ ਹੋ ਜਾਣੀ ਆ, ਕਿਉਂਕਿ ਵਰਾਇਟੀ ਤਾਂ ਇੰਨੀ ਜ਼ਿਆਦਾ ਵਾ ਵੀ ਭਾਈ ਵਿਖਾਈ ਜਾਓ, ਭਾਵੇਂ 11 ਵਜੇ ਤੱਕ ਰਾਤ ਦਿਖਾ ਲਓ, ਭਾਵੇਂ 12 ਵਜੇ ਤੱਕ ਦਿਖਾ ਲਓ, 10 ਤੇ ਵੱਜ ਗਏ ਆ, ਕਿਉਂਕਿ ਦਿਨ ਦੇ ਟਾਈਮ ਇੱਥੇ ਮੇਲਾ ਲੱਗਾ ਰਹਿੰਦਾ ਗਾਹਕਾਂ ਦਾ, ਉਸ ਟਾਈਮ ਵੀਡੀਓ ਨਹੀਂ ਬਣ ਸਕਦੀ, ਇਸ ਤਰ੍ਹਾਂ ਦੀ ਵਰਾਇਟੀ ਤੁਹਾਨੂੰ ਨਹੀਂ ਦਿਖਾ ਸਕਦੇ। ਪਰ ਇਸ ਵੇਲੇ ਵਰਾਇਟੀਆਂ ਤੁਸੀਂ ਵੇਖ ਲਓ, ਜੇਕਰ ਭਰਪੂਰ ਵਰਾਇਟੀ ਲੈਣੀ ਆ ਫਿਰ ਬਿੱਟੂ ਦੇ ਡੀਪੂ 'ਤੇ ਆਉਣਾ ਹੀ ਪੈਣਾ ਵਾ ਤੁਹਾਨੂੰ। ਬਹੁਤ ਬਹੁਤ ਧੰਨਵਾਦ ਭਾਜੀ। ਥੈਂਕ ਯੂ ਭਾਜੀ, ਸਾਰਿਆਂ ਦਾ ਬਹੁਤ ਬਹੁਤ। ਜ਼ਰੂਰ ਵਿਜ਼ਿਟ ਕਰੋ, ਆਪਣਾ ਫਾਇਦਾ ਲਓ, ਵਧੀਆ ਲੱਗੇ ਲੈ ਕੇ ਜਾਓ, ਨਹੀਂ ਵਧੀਆ ਲੱਗਾ ਛੱਡ ਜਾਓ। ਕੋਈ ਤੁਹਾਨੂੰ ਕਿਸੇ ਤਰੀਕੇ ਦੀ ਕੋਈ ਹੈਗੀ ਸਾਡੇ 'ਚ ਦਿੱਕਤ ਲੱਗਦੀ ਹੈ, ਪੁਸ਼ਾਕ ਦੀ ਛੱਡ ਦਿਓ, ਸਾਨੂੰ ਕੋਈ ਗੁੱਸਾ ਨਹੀਂ ਹੈਗਾ। ਪਰ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਕਿ ਤੁਹਾਨੂੰ ਵਾਕਈ ਸਾਡੀ ਕੁਆਲਿਟੀਆਂ ਦਾ ਪਤਾ ਲੱਗੇਗਾ ਕਿ ਇਹ ਬੰਦੇ ਜਿਹੜੇ ਆ ਘੱਟ ਰੇਂਜ ਦੇ ਵਿੱਚ ਜਿਹੜੀਆਂ ਵਧੀਆ ਚੀਜ਼ਾਂ ਪ੍ਰੋਵਾਈਡ ਕਰ ਰਹੇ ਆ। ਛੋਟਾ ਮਾਰਜਨ ਲੈਂਦੇ ਆ, ਕਮਾਉਂਦੇ ਅਸੀਂ ਜ਼ਰੂਰ ਆ, ਪਰ ਬਹੁਤ ਜੈਨੂਇਨ ਮਾਰਜਨ ਲੈਂਦੇ ਹਾਂ ਕਿ ਜਿਹੜਾ ਵਾ ਪਰਮਾਤਮਾ ਵਧੀਆ ਰੋਟੀ ਜਿਹੜੀ ਚਲਾਈ ਜਾਂਦਾ ਸਾਡੀ।